ਅੱਜ 22 ਅਪ੍ਰੈਲ ਹੈ ਦਿਨ ਸ਼ਨੀਚਰਵਾਰ ਹੈ ਸਭ ਤੋਂ ਪਹਿਲਾਂ ਮੁ슬ਮਾਨ ਭਾਈਚਾਰੇ ਨੂੰ ਈਦੁਲ ਫਿਤਰ ਦੀ ਵਧਾਈ ਪੰਜਾਬ ਦੇ ਚਾਰ ਸ਼ਹੀਦ ਜਵਾਨਾਂ ਨੂੰ ਅੱਜ ਅੰਤਿਮ ਵਿਦਾਈ ਦੇ ਦਿੱਤੀ ਗਈ ਹੈ ਪੰਜਾਬੀਆਂ ਨੂੰ ਪੈਟਰੋਲ 29 ਪੈਸੇ ਸਸਤਾ ਮਿਲੇਗਾ ਦਿੱਲੀ ਦੇ ਵਿੱਚ ਗੁਰਨਾਮ ਸਿੰਘ ਚਡੂਨੀ ਤੇ ਸੱਤੇਪਾਲ ਮਲਿਕ ਨੇ ਆਪਣੀ ਗ੍ਰਿਫਤਾਰੀ ਦਾ ਦਾਵਾ ਕੀਤਾ ਪਰ ਪੁਲਿਸ ਨੇ ਇਨਕਾਰ ਕਰ ਦਿੱਤਾ ਅਮਰੀਕਾ ਇਸ ਸਾਲ 10 ਲੱਖ ਤੋਂ ਵੱਧ ਭਾਰਤੀਆਂ ਨੂੰ ਵੀਜ਼ੇ ਜਾਰੀ ਕਰੇਗਾ ਰਵਨੀਤ ਬਿੱਟੂ ਨੇ ਜਥੇਦਾਰ ਸਾਹਿਬ ਨਾਲ ਪੰਗਾ ਲੈਣ ਦੀ ਕੋਸ਼ਿਸ਼ ਕੀਤੀ ਤਾਂ ਅਕਾਲੀ ਦਲ ਨੇ ਬਿੱਟੂ ਨੂੰ ਮੱਤ ਦਿੱਤੀ ਹੈ ਨਵਜੋਤ ਸਿੰਘ ਸਿੱਧੂ ਨੇ ਸੀਐਮ ਮਾਨ ਤੋਂ ਸਬੂਤਾਂ ਸਮੇਤ ਕੀਤੇ ਕੰਮ ਮੰਗਿਆ ਸੁਬੀਰ ਬਾਦਲ ਨੇ ਚੰਨੀ ਨੂੰ ਸਭ ਤੋਂ ਵੱਧ ਪ੍ਰਸ਼ਟ ਸੀਐਮ ਦੱਸਦਿਆਂ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ ਐਸਜੀਬੀਸੀ ਪ੍ਰਧਾਨ ਅਤੇ ਸੁਬੀਰ ਬਾਦਲ ਨੇ ਕਿਰਨਦੀਪ ਕੌਰ ਨੂੰ 에어ਪੋਰਟ ਤੇ ਰੋਕ ਕੇ ਜਾਣ ਦੀ ਨਖੇਦੀ ਕੀਤੀ ਹੈ ਮੌਸਮ ਦੀ ਮਾਰ ਪੈਣ ਦੇ ਬਾਵਜੂਦ ਐਤਕੀ ਕਣਕਾਂ ਦਾ ਝਾੜ ਬੇਮਿਸਾਲ ਨਿਕਲ ਰਿਹਾ ਹੈ ਨੈਚਰਲ ਪ੍ਰਦੇਸ਼ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਇਤਿਹਾਸਿਕ ਸਥਾਨ ਨੂੰ ਬੁੱਧ ਧਰਮ ਦੇ ਸਥਾਨ ਵਿੱਚ ਤਬਦੀਲ ਕਰ ਦਿੱਤਾ ਗਿਆ ਐਸਜੀਪੀਸੀ ਨੇ ਸਖਤ ਤਾੜਨਾ ਕੀਤੀ ਹੈ ਬਿਹਾਰ ਦੇ ਵਿੱਚ ਦੁੱਧ 3 ਰੁਪਏ ਮਹਿੰਗਾ ਹੋ ਗਿਆ ਸਤਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਅਮਰਜੈਂਸੀ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ ਅੱਜ ਇਸ ਖਾਸ ਬੁਲੇਟਿਨ ਦੇ ਵਿੱਚ ਦੱਸਾਂਗੇ ਤੁਹਾਨੂੰ ਪੰਜਾਬ ਭਾਰਤ ਤੇ ਦੁਨੀਆ ਭਰ ਦੀਆਂ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ ਸ਼ੁਰੂਆਤ ਕਰਾਂਗੇ ਪੰਜਾਬ ਦੀਆਂ ਖਾਸ ਖਬਰਾਂ ਤੋਂ ਸਭ ਤੋਂ ਪਹਿਲਾਂ ਈਦੁਲ ਫਿਤਰ ਦੀ ਗੱਲ ਕਰ ਲਵਾਂਗੇ ਸ਼ੁੱਕਰਵਾਰ ਨੂੰ ਪੂਰੇ ਪੰਜਾਬ ਹੀ ਨਹੀਂ ਭਾਰਤ ਹੀ ਨਹੀਂ ਬਲਕਿ ਪੂਰੀ ਦੁਨੀਆ ਦੇ ਵਿੱਚ ਵਸਦੇ ਮੁਸਲਿਮ ਭਾਈਚਾਰੇ ਦੇ ਵੱਲੋਂ ਈਦੁਲ ਫਿਤਰ ਦਾ ਤਿਉਹਾਰ ਮਨਾਇਆ ਗਿਆ ਰਮਜ਼ਾਨ ਦਾ ਮਹੀਨਾ ਖਤਮ ਹੋਣ ਤੋਂ ਬਾਅਦ ਇਹ ਤਿਉਹਾਰ ਹੈ ਜਿਹੜਾ ਮੁਸਲਿਮ ਭਾਈਚਾਰੇ ਦੇ ਵੱਲੋਂ ਮਨਾਇਆ ਜਾਂਦਾ ਹੈ ਰਾਜਧਾਨੀ ਦਿੱਲੀ ਸਣੇ ਦੇਸ਼ ਦੇ ਕਈ ਸ਼ਹਿਰਾਂ ਦੀਆਂ ਮਸੀਤਾਂ ਤੇ ਮੈਦਾਨਾਂ ਦੇ ਵਿੱਚ ਮੁਸਲਿਮ ਭਾਈਚਾਰੇ ਦੇ ਲੋਕ ਨਮਾਜ਼ ਅਦਾ ਕਰਨ ਲਈ ਇਕੱਠੇ ਹੋਏ ਇੱਕ ਦੂਸਰੇ ਨੂੰ ਜਫੀ ਪਾ ਕੇ ਵਧਾਈਆਂ ਦਿੱਤੀਆਂ ਤੇ ਸੋਸ਼ਲ ਮੀਡੀਆ ਤੇ ਵੀ ਲੋਕ ਇੱਕ ਦੂਸਰੇ ਨੂੰ ਵਧਾਈਆਂ ਦਿੰਦੇ ਨਜ਼ਰ ਆਏ ਇਸ ਨੂੰ ਸੇਵੀਆਂ ਵਾਲੀ ਈਦ ਜਾਂ ਫਿਰ ਮਿੱਠੀ ਈਦ ਵੀ ਕਿਹਾ ਜਾਂਦਾ ਹੈ ਪੰਜਾਬ ਦੇ ਪਟਿਆਲਾ ਸਣੇ ਪੂਰੇ ਸੂਬੇ ਦੇ ਵਿੱਚ ਵੱਖ-ਵੱਖ ਥਾਵਾਂ ਤੇ ਈਦੁਲ ਫਿਤਰ ਦੀ ਰੌਣਕ ਦੇਖਣ ਨੂੰ ਮਿਲੀ ਪਟਿਆਲਾ ਦੇ ਮਾਲ ਰੋਡ ਤੇ ਸਥਿਤ ਜ਼ਿਲ੍ਹਾ ਪਧਰੀ ਈਦਗਾ ਯਾਨੀ ਕਿ ਮਸਜਿਦ ਦੇ ਵਿੱਚ 20000 ਦੇ ਕਰੀਬ ਮੁਸਲਮਾਨਾਂ ਨੇ ਸਮੂਹਿਕ ਤੌਰ ਤੇ ਨਮਾਜ਼ ਪੜ੍ਹੀ ਇਕੱਠੀ ਨਮਾਜ਼ ਪੜ੍ਹੀ ਤੇ ਇੱਕ ਦੂਸਰੇ ਨੂੰ ਗੱਲਬੱਗੜੀ ਚ ਲੈ ਕੇ ਈਦ ਦੀਆਂ ਮੁਬਾਰਕਾਂ ਦਿੱਤੀਆਂ ਬੱਚਿਆਂ ਨੂੰ ਤੋਹਫੇ ਵੀ ਦਿੱਤੇ ਗਏ ਤੇ ਨਮਾਜ਼ ਪੜ੍ਹਨ ਤੋਂ ਬਾਅਦ ਮੁ슬ਮ ਭਰਾਵਾਂ ਨੇ ਇੱਕ ਮੰਗ ਵੀ ਸਰਕਾਰ ਮੂਰੇ ਰੱਖੀ ਕਿ ਉਹਨਾਂ ਦੀ ਈਦਗਾਹ ਵਾਲੀ ਜ਼ਮੀਨ 31 ਵਿੱਗੇ ਚ ਹੁੰਦੀ ਸੀ ਪਰ ਉਸ ਤੇ ਨਜਾਇਜ਼ ਕਬਜ਼ਾ ਕਰ ਲਿਆ ਜਿਸ ਕਰਕੇ ਹੁਣ ਸਿਰਫ ਤੇ ਸਿਰਫ 4 ਵਿੱਗੇ ਰਹਿ ਗਈ ਹੈ ਉਹਨਾਂ ਨੇ ਨਜਾਇਜ਼ ਕਬਜ਼ਾ ਛਡਵਾਉਣ ਦੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਈਦੇ ਤੇ ਹਰ ਮੌਕੇ ਵੱਖ-ਵੱਖ ਸਿਆਸੀ ਲੀਡਰਾਂ ਨੇ ਵੀ ਆਮ ਲੋਕਾਂ ਦੇ ਵਿੱਚ ਜਾ ਕੇ ਈਦਾ ਤਿਉਹਾਰ ਮਨਾਇਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਦੇ ਗੁਲਾਬ ਦੇਵੀ ਰੋਡ ਤੇ ਸਥਿਤ ਮਸਜਿਦ ਦੇ ਵਿੱਚ ਪਹੁੰਚੇ ਜਿੱਥੇ ਉਹਨਾਂ ਨੇ ਮੁਸਲਿਮ ਭਾਈਚਾਰੇ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਤੇ ਕਿਹਾ ਕਿ ਹਰ ਵਰਗ ਦੇ ਲੋਕਾਂ ਨੂੰ ਤਿਉਹਾਰ ਮਿਲ ਕੇ ਮਨਾਉਣਾ ਚਾਹੀਦਾ ਹੈ ਤੇ ਹਰ ਇੱਕ ਦੂਸਰੇ ਨੂੰ ਜੱਫੀ ਪਾ ਕੇ ਤੇ ਪੁਰਾਣੀਆਂ ਰੰਜਿਸ਼ਾਂ ਮਿਟਾ ਕੇ ਮਨਾਉਣਾ ਚਾਹੀਦਾ ਹੈ ਦੇਸ਼ ਵਾਸੀਆਂ ਨੂੰ ਵਧਾਈ ਦਿੰਦੇ ਆ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਵਿੱਚ ਸ਼ਾਂਤੀ ਬਣੀ ਰਹੇ ਅੱਜ

ਕਿਰਲਾਹੂ ਅੱਲ੍ਹਾ ਅਕਬਰ ਕਹਿ ਕੇ ਆਇਦ ਵਾਲੇ ਦਿਨ ਆਪਣੇ ਸ਼ਿਕਵੇ ਮੋਢੇ ਮੋਢਿਆਂਾਂ 'ਚ ਪੁਲਾਹ ਕੀ ਗਰੀਬੀ ਨੂੰ ਚਾਹ। ਸੂਰਤ ਦੁਦਨ ਦੇ ਬਾਅਦ ਹਜੂਰੀ ਦੇਸ਼ ਦੇ ਵਿੱਚ ਜਗ੍ਹਾ ਜਗ੍ਹਾ ਠਾਕਾਲੇਦਾਲ ਦੇ ਪ੍ਰਧਾਨ ਸੁਬੀਰ ਸਿੰਘ ਬਾਦਲ ਵੀ ਜਲੰਧਰ ਦੀ ਇੱਕ ਮਸਜਿਦ ਦੇ ਵਿੱਚ ਈਦ ਮਨਾਉਣ ਦੇ ਲਈ ਪਹੁੰਚੇ ਮੁਸਲਿਮ ਭਾਈਚਾਰੇ ਨੇ ਸੁਬੀਰ ਬਾਦਲ ਦਾ ਮੂੰਹ ਮਿੱਠਾ ਕਰਵਾਇਆ ਸੁਬੀਰ ਬਾਦਲ ਨੇ ਟਵਿੱਟਰ ਤੇ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਸੁਬੀਰ ਬਾਦਲ ਤੋਂ ਇਲਾਵਾ ਪੰਜਾਬ ਦੇ ਹੋਰ ਵੀ ਕਈ ਸਿਆਸੀ ਲੀਡਰਾਂ ਨੇ ਈਦ ਉਲਫ ਦਰਦੀਆਂ ਵਧਾਈਆਂ ਦਿੱਤੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਦੀ ਵਧਾਈ ਦਿੰਦੇ ਕਿਹਾ ਕਿ ਈਦੁਲ ਫਿਤਰ ਦੀਆਂ ਮੁਬਾਰਕਾਂ ਸਾਡੇ ਸਮਾਜ ਵਿੱਚ ਸਦ ਭਾਵਨਾ ਤੇ ਦਇਆ ਦੀ ਭਾਵਨਾ ਅੱਗੇ ਵਧੇ ਮੈਂ ਸਾਰਿਆਂ ਦੀ ਚੰਗੀ ਸਿਹਤ ਤੇ ਖੁਸ਼ਹਾਲੀ ਦੀ ਪ੍ਰਾਰਥਨਾ ਕਰਦਾ ਹਾਂ ਈਦ ਮੁਬਾਰਕ ਰਾਸ਼ਟਰਪਤੀ ਭਵਨ ਨੇ ਦਰਪਦੀ ਮੁਰਮੂ ਦੇ ਵੱਲੋਂ ਕਿਹਾ ਕਿ ਈਦ ਰਮਜ਼ਾਨ ਦੇ ਪਵਿੱਤਰ ਮਹੀਨੇ ਦੇ ਪੂਰਾ ਹੋਣ ਦਾ ਚਿੰਨ ਹੈ ਇਹ ਤਿਹਾੜ ਪਿਆਰ ਹਮਦਰਦੀ ਤੇ ਸਨੇਹ ਦੀਆਂ ਭਾਵਨਾਵਾਂ ਨੂੰ ਫੈਲਾਉਂਦਾ ਹੈ ਈਦ ਸਾਨੂੰ ਏਕਤਾ ਤੇ ਆਪਸੀ ਸਦ ਭਾਵਨਾ ਦਾ ਸੰਦੇਸ਼ ਦਿੰਦੀ ਹੈ ਪੰਜਾਬੀਆਂ ਨੂੰ ਮਹਿੰਗਾਈ ਦੇ ਵਿੱਚ 29 ਪੈਸਿਆਂ ਦੀ ਰਾਹਤ ਮਿਲੀ ਹੈ ਪੰਜਾਬ ਦੇ ਵਿੱਚ ਪੈਟਰੋਲ 29 ਪੈਸੇ ਸਸਤਾ ਹੋਇਆ ਹੈ ਇਸ ਕਰਕੇ ਇਹ ਰਾਹਤ ਮਿਲੀ ਹੈ ਜਦਕਿ ਗੁਆਂਢੀ ਸੂਬੇ ਹਰਿਆਣਾ ਦੇ ਵਿੱਚ ਪੈਟਰੋਲ ਤੇ ਡੀਜ਼ਲ ਦੇ ਭਾਅ ਵਿੱਚ 28 ਪੈਸੇ ਵਧਾਏ ਗਏ ਨੇ ਤੇ ਜਿਹੜਾ ਪੈਟਰੋਲ ਹੈ 97 ਰੁਪਏ 52 ਪੈਸੇ ਤੇ ਡੀਜ਼ਲ 90 ਰੁਪਏ 36 ਪੈਸੇ ਪ੍ਰਤੀ ਲੀਟਰ ਹੋਣਾ ਮਿਲ ਰਿਹਾ ਹੈ ਪੰਜਾਬ ਸਰਕਾਰ ਨੇ ਸੂਬੇ ਦੇ ਸਰਕਾਰੀ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਦੀ ਵਰਦੀ ਅਪ੍ਰੈਲ ਮਹੀਨੇ ਦੇ ਅੰਤ ਤੱਕ ਉਪਲਬਧ ਕਰਵਾਏ ਜਾਣ ਦਾ ਦਾਵਾ ਕੀਤਾ ਹੈ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਹ ਜਾਣਕਾਰੀ ਦਿੱਤੀ ਹੈ ਬੈਂਸ ਨੇ ਟਵੀਟ ਕਰਕੇ ਕਿਹਾ ਕਿ ਮਾਪਿਆਂ ਨੂੰ ਸਕੂਲਾਂ ਦੇ ਵੱਲੋਂ ਕੀਤੀ ਜਾਂਦੀ ਲੁੱਟਖਸੁੱਟ ਤੋਂ ਬਚਾਉਣ ਦੇ ਲਈ ਵਿਦਿਅਕ ਪੁਸਤਕਾਂ ਤੋਂ ਬਾਅਦ ਹੁਣ ਸਕੂਲੀ ਵਰਦੀ ਦੀ ਵਾਰੀ ਹੈ ਇਸ ਲਈ ਹੁਣ ਪੰਜਾਬ ਸਰਕਾਰ ਨੇ ਫੈਸਲਾ ਲਿਆ ਹੈ ਕਿ ਸਕੂਲਾਂ ਦੇ ਵਿੱਚ ਵਰਦੀ ਇਸ ਮਹੀਨੇ ਦੇ ਅਖੀਰ ਤੱਕ ਪਹੁੰਚਾ ਦਿੱਤੀ ਜਾਵੇਗੀ ਅਜਿਹਾ ਕਹਿੰਦੇ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਤੱਕ ਕਾਰਜਕਾਲ ਦੇ ਵਿੱਚ ਤਾਂ ਕਦੇ ਨਹੀਂ ਹੋਇਆ ਪਰ ਸਾਡੀ ਸਰਕਾਰ ਕਰੇਗੀ ਉਨਾ ਸਰਕਾਰ ਦੇ ਇਸ ਕਦਮ ਨੂੰ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਗਈ ਨਵੀਂ ਪਹਿਲ ਕਦਮੀ ਦੱਸਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਵਧੀਆ ਬਣਾਉਣਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਟੀਚਿਆਂ ਦੇ ਵਿੱਚ ਸ਼ਾਮਿਲ ਹੈ ਕਿਸੇ ਨੂੰ ਆਖਰੀ ਸਲਾਮ ਕਹਿਣਾ ਬਹੁਤ ਔਖਾ ਹੁੰਦਾ ਹੈ ਮੌਤ ਤੋਂ ਵੱਡਾ ਦੁੱਖ ਇਸ ਜਹਾਨ ਤੇ ਕੋਈ ਨਹੀਂ ਹੁੰਦਾ ਸਾਡੇ ਧਰਮ ਗ੍ਰੰਥ ਵੀ ਕਹਿੰਦੇ ਨੇ ਕਿ ਮੌਤ ਇਸ ਦੁਨੀਆ ਦਾ ਸਭ ਤੋਂ ਵੱਡਾ ਦੁੱਖ ਹੈ ਤੇ ਇਹ ਦੁੱਖ ਉਹਦੋਂ ਮਹਿਸੂਸ ਹੁੰਦਾ ਹੈ ਜਦੋਂ ਸਾਡਾ ਕੋਈ ਆਪਣਾ ਬਹੁਤ ਨੇੜਲਾ ਇਸ ਦੁਨੀਆ ਤੋਂ ਚਲਾ ਜਾਂਦਾ ਹੈ ਤੇ ਜਦੋਂ ਕਿਸੇ ਦੇ ਜਿਗਰ ਦਾ ਟੋਟਾ ਚਲਾ ਜਾਵੇ ਤਾਂ ਦਾ ਦੁੱਖ ਤਾਂ ਪਹਾੜਾਂ ਪਰਬਤਾਂ ਨੂੰ ਵੀ چیر ਕੇ ਰੱਖ ਦਿੰਦਾ ਹੈ ਜਦੋਂ ਕੋਈ ਮਰ ਜਾਂਦਾ ਹੈ ਉਹ ਮੁੜ ਕੇ ਕਦੇ ਵੀ ਨਹੀਂ ਆਉਂਦਾ ਕਦੇ ਵੀ ਮਤਲਬ ਕਦੇ ਵੀ ਵਾਪਸ ਨਹੀਂ ਆਉਂਦਾ ਸਾਨੂੰ ਦਿੱਖਦਾ ਨਹੀਂ ਇਸ ਗੱਲ ਦੀ ਸਮਝ ਇਨਸਾਨ ਨੂੰ ਹੱਡਾਂ ਤੇ ਹੰਡਾ ਕੇ ਹੀ ਆਉਂਦੀ ਹੈ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ ਇਹ ਸ਼ਬਦ ਪਹਿਲਾਂ ਸਾਡੇ ਲਈ ਸਿਰਫ ਸ਼ਬਦ ਹੁੰਦੇ ਨੇ ਪਰ ਜਦੋਂ ਜਾਨੋ ਵੱਧ ਪਿਆਰਾ ਕੋਈ ਚਲਾ ਜਾਂਦਾ ਹੈ ਤਾਂ ਉਹਦੀ ਘਾਟ ਤੁਹਾਨੂੰ ਇਹਨਾਂ ਸ਼ਬਦਾਂ ਦਾ ਅਹਿਸਾਸ ਕਰਾਉਂਦੀ ਹੈ ਤੇ ਅਜਿਹੇ ਦੁੱਖ ਦੀ ਘੜੀ ਦੇ ਵਿੱਚੋਂ ਅੱਜ ਸਾਡੇ ਪੰਜਾਬ ਦੇ ਚਾਰ ਹੋਰ ਜਵਾਨਾਂ ਦੇ ਪਰਿਵਾਰ ਲੰਘ ਰਹੇ ਨੇ ਇਹ ਤਸਵੀਰਾਂ ਪੰਜਾਬ ਦੇ ਉਹਨਾਂ ਰੋਂਦੇ ਕਰਲਾਉਂਦੇ ਪਰਿਵਾਰਾਂ ਦੀਆਂ ਨੇ ਜਿਨ੍ਹਾਂ ਦੇ ਫੌਜੀ ਪੁੱਤਾਂ ਦੀ ਜੰਮੂ ਕਸ਼ਮੀਰ ਦੇ ਪੁਂਛ ਸੈਕਟਰ ਦੇ ਵਿੱਚ ਵੀਰਵਾਰ ਨੂੰ ਇੱਕ ਅੱਤਵਾਦੀ ਹਮਲੇ ਦੇ ਵਿੱਚ ਜਾਨ ਚਲੇ ਗਈ ਪੂਰਾ ਦੇਸ਼ ਉਹਨਾਂ ਦੀ ਇਸ ਕੁਰਬਾਨੀ ਨੂੰ ਸ਼ਹਾਦਤ ਮੰਨ ਕੇ ਸਲਾਮ ਕਰ ਰਿਹਾ ਹੈ ਕਿਸੇ ਦਾ ਇਕਲੌਤਾ ਜਵਾਨ ਪੁੱਤ ਕਿਸੇ ਦਾ ਪਤੀ ਛੱਡ ਕੇ ਸਦਾ ਲਈ ਚਲਾ ਗਿਆ ਤੇ ਕੋਈ ਆਪਣੇ ਨਿੱਕੇ ਨਿੱਕੇ ਬੱਚਿਆਂ ਨੂੰ ਛੱਡ ਕੇ ਤੁਰ ਗਿਆ ਵੇ ਕਿ ਕੋਈ ਕਿਸੇ ਦਾ ਪੁੱਤ ਨਾ ਜਾਵੇ ਨਾ ਕਿਸੇ ਦਾ ਪਤੀ ਜਾਵੇ ਇਹ ਬੱਚੇ ਨਾ ਰੋਣ ਨਾ ਬੱਚੇ ਨਾ ਰੋਣਾ ਲੋੜ ਦੀ ਹੋਸ਼ੀ ਆਪਣੀ ਜ਼ਿੰਦਗੀ ਨੇ ਲੈ ਕੇ ਆਪਾਂ ਨੂੰ ਨਹੀਂ ਵਧਾਣੇ ਨਾ ਇਹ ਖੁਸ਼ ਹੋਣਾ ਦੋ ਲੜਕੀਆਂ ਇੱਕ ਲੜਕਾ ਸ਼ੁੱਕਰਵਾਰ ਨੂੰ ਇਹਨਾਂ ਸਾਰੇ ਜਵਾਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਲੁਧਿਆਣਾ ਦੇ ਪਾਇਲ ਦੇ ਪਿੰਡ ਚਣਕੋਈਆਂ ਕਲਾਂ ਦੇ ਹੌਲਦਾਰ ਮਨਦੀਪ ਸਿੰਘ ਦਾ ਅੰਤਿਮ ਸੰਸਕਾਰ ਸਰਕਾਰੀ ਤੇ ਫੌਜੀ ਸਨਮਾਨਾਂ ਦੇ ਨਾਲ ਪਿੰਡ ਦੇ ਸ਼ਮਸ਼ਾਨਘਾਟ ਦੇ ਵਿੱਚ ਕੀਤਾ ਗਿਆ। ਸ਼ਹੀਦ ਮਨਦੀਪ ਸਿੰਘ ਦੀ ਅੰਤਿਮ ਵਿਦਾਇਗੀ ਸਮੇਂ ਫੌਜ ਦੀ ਟੁਕੜੀ ਦੇ ਵੱਲੋਂ ਸਲਾਮੀ ਦਿੱਤੀ ਗਈ। ਸ਼ਹੀਦ ਮਨਦੀਪ ਸਿੰਘ ਨੂੰ ਫੌਜ ਦੇ ਕਮਾਂਡੈਂਟ ਜਰਨਲ ਮਨੋਜ ਪਾਂਡੇ, ਲੈਫਟਨੈਂਟ ਜਰਨਲ ਦਵਿੰਦਰ ਸ਼ਰਮਾ, ਡਿਪਟੀ ਕਮਿਸ਼ਨਰ ਸਰਬੀ ਮਲੇਕ, ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਐਸਐਸਪੀ ਖੰਨਾ, ਅਮਨੀਤ ਕੌਂਡਲ ਸਮੇਤ ਹੋਰ ਵੀ ਕਈ ਉੱਗੀਆਂ ਸ਼ਖਸੀਅਤਾਂ ਨੇ ਪਹੁੰਚ ਕੇ ਇਹਨਾਂ ਨੂੰ ਫੁੱਲ ਮਾਲਾਵਾਂ ਭੇਂਟ ਕੀਤੀਆਂ ਤੇ ਸ਼ਰਧਾਂਜਲੀ ਦਿੱਤੀ ਅੰਤਿਮ ਸੰਸਕਾਰ ਤੋਂ ਬਾਅਦ ਗੁਰੂਕਾਰ ਦੇ ਗ੍ਰੰਥੀ ਸਿੰਘ ਦੇ ਵੱਲੋਂ ਅੰਤਿਮ ਅਰਦਾਸ ਕੀਤੀ ਗਈ ਜਿਖਾ ਨੂੰ ਅਗਨੀ ਭੇੜੀ ਰਸਮ ਸ਼ਹੀਦ ਦੇ ਪੁੱਤਰ ਕਰਨਦੀਪ ਸਿੰਘ ਨੇ ਅਦਾ ਕੀਤੀ ਬੱਚੇ ਨੇ ਬੜੇ ਹੀ ਹੌਸਲੇ ਦੇ ਨਾਲ ਕਿਹਾ ਕਿ ਉਹ ਵੀ ਆਪਣੇ ਪਿਤਾ ਵਾਂਗ ਫੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਰੱਖਿਆ ਕਰੇਗਾ ਦੇਸ਼ ਦੀ ਸੇਵਾ ਕਰੇਗਾ ਤੇ ਕਰਨਦੀਪ ਸਿੰਘ ਜਿਹੜਾ ਇਹ ਬੱਚਾ ਹੈ ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈਆਂ ਨੇ ਜਦੋਂ ਇਹ ਆਪਣੇ ਹੱਥ ਦੇ ਵਿੱਚ ਤਿਰੰਗਾ ਲੈ ਕੇ ਆਪਣੇ ਪਿਤਾ ਦੀ ਮਰਤਕ ਦੇ ਦੇ ਸਨਮਾਨ ਦੇ ਵਿੱਚ ਖੜਾ ਹੋਇਆ ਸੀ ਤੇ ਜਦੋਂ ਆਪਣੇ ਪਿਓ ਦੀ ਚਿਖਾ ਨੂੰ ਅਗਨੀ ਦਿਖਾ ਰਿਹਾ ਸੀ ਇਸ ਮੌਕੇ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਵਿਸ਼ੇ ਦੀ ਸ਼ਹਾਦਤ ਨੂੰ ਪ੍ਰਣਾਮ ਕੀਤਾ ਗੁਰਦਾਸਪੁਰ ਦੇ ਪਿੰਡ ਤਲਵੰਡੀ ਭਰਤ ਦੇ ਸਿਪਾਹੀ ਹਰਕ੍ਰਿਸ਼ਨ ਸਿੰਘ 49 ਰਾਸ਼ਟਰੀ ਰਾਈਫਲਸ ਪਟਾਲੀਅਨ ਦੇ ਵਿੱਚ ਤਨਾਤਸਨ ਇਹਨਾਂ ਦਾ ਵੀ ਸਰਕਾਰੀ ਸਨਮਾਨ ਸਨਮਾਨਾਂ ਦੇ ਨਾਲ ਦੀ ਪਿੰਡ ਦੇ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸਮੋਕੇ ਸਾਰੇ ਪਿੰਡ ਵਾਸੀਆਂ ਦੀਆਂ ਹੀ ਨਹੀਂ ਉੱਥੇ ਪਹੁੰਚੇ ਹਰ ਇੱਕ ਵਿਅਕਤੀ ਦੀ ਅੱਖ ਨਮ ਸੀ ਸਾਰਿਆਂ ਨੇ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ ਸ਼ਹੀਦ ਹਰਕ੍ਰਿਸ਼ਨ ਸਿੰਘ ਦੀ 2 ਸਾਲਾਂ ਬੱਚੀ ਨੇ ਆਪਣੇ ਪਿਤਾ ਦੇ ਜਿਖਾ ਨੂੰ ਅਗਨੀ ਦਿਖਾਏ ਸੀ ਦੀ ਮਾਤਾ ਤੇ ਪਿਤਾ ਨੇ ਕਿਹਾ ਕਿ ਉਹਨਾਂ ਨੂੰ ਆਪਣੀ ਪੁੱਤ ਦੀ ਸ਼ਹਾਦਤ ਤੇ ਮਾਣ ਹੈ ਕਿ ਉਸਨੇ ਮੁਲਕ ਦੇ ਲਈ ਆਪਣਾ ਬਲੀਦਾਨ ਦਿੱਤਾ ਹਾਲਾਂਕਿ ਉਹ ਆਪਣੇ ਪੁੱਤ ਦੇ ਵਿਯੋਗ ਦੇ ਵਿੱਚ ਰੋ ਰੋ ਕੇ ਕਮਲੇ ਹੋਏ ਪੈ ਨੇ ਇਸ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸ਼ਹੀਦ ਦੇ ਪਰਿਵਾਰ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਤੇ ਕਿਹਾ ਕਿ ਸ਼ਹੀਦਾਂ ਦੇ ਪਰਿਵਾਰ ਦੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ ਸਾਡੀ ਸਰਕਾਰ ਤੁਹਾਡੇ ਨਾਲ ਖੜੀ ਹੈ ਫੇਲ ਦੇ ਵਿੱਚ ਜਿਹੜਾ ਇਹ ਸਟੇਡੀਅਮ ਜਿਹੜਾ ਸਾਡੇ ਬੱਚੇ ਦੇ ਉੱਤੇ ਬਕਾਇਦਾ ਹੁੰਦਾ ਉਹਦੇ ਨਾਲ ਦੇ ਪਿੰਡ ਦੇ ਸਟੇਡੀਅਮ ਜਿਹੜਾ ਟਾਪ ਮਾਸਟ ਪਾਣਾ ਚਾਹੀਦਾ ਹੈ ਸਪੋਰਟਸ ਨਾਲ ਪਿਆਰ ਕਰਨ ਵਾਲਾ ਬੇਟਾ ਸੀ ਜੀ ਇੱਕ ਬੇਟੇ ਦੇ ਨਾਂ ਦੇ ਉੱਤੇ ਜਿਹੜੀ ਸਾਡੇ ਪਿੰਡ ਦੇ ਵਿੱਚ ਯਾਦਗਾਰ ਹੈ ਜਿਹੜੀ ਉਹਦੇ ਨਾਂ ਤੇ ਅਹੀ ਰਹੀਏ ਜਨਾਰੀਏ ਪਰ ਉਹਦਾ ਨਾਂ ਰਹਿਣਾ ਚਾਹੀਦਾ ਜੀ ਸਕੂਲ ਦਾ ਨਾਂ ਉਹਦੇ ਨਾਂ ਦੇ ਉੱਤੇ ਹੋਣਾ ਚਾਹੀਦਾ ਜੀ ਇੱਕ ਸਰ ਪੁਜਾਰੀ ਸਹ ਹੋਰ ਹੈ ਜੀ ਇੱਕ ਜਿਹੜੀ ਮਾਨਸਾ ਸਭ ਜੀ ਬੇਤੀ ਆ ਕਿ ਜਿਹੜੀ ਧਰਮਸ਼ਾਲਾ ਜਿਹੜੀ ਸਾਡੇ ਪਿੰਡ ਦੇ ਵਿੱਚ ਟੋਪ ਮੋਸਟ ਬੰਨੀ ਚਾਹੀਦੀ ਉਹ ਵੀ ਸਾਡੇ ਬੇਟੇ ਦੇ ਨਾਮ ਦੇ ਉੱਤੇ ਬੰਨੀ ਚਾਹੀਦੀ ਹੈ ਜੀ ਤੇ ਮੈਂ ਸਾਰੇ ਕਾਗਜ਼ ਲੈ ਕੇ ਆਉਂਗਾ ਉਹ ਉਹ ਸਟੇਡੀਅਮ ਦੇ ਧਰਮਸ਼ਾਲਾ ਦੇ ਤੇ ਜਿਹੜੀ ਤੁਸੀਂ ਸਥਾਨ ਕਰ ਜੀ ਸਪੋਜ਼ ਸਕੂਲ ਦਾ ਜਿਹੜਾ ਨਾਮ ਆ ਉਹਦੇ ਨਾਮ 'ਤੇ ਹੋਣਾ ਚਾਹੀਦਾ ਜੀ ਆਪਾਂ ਨੂੰ ਸਕੂਲ ਹੋਣਾ ਚਾਹੀਦਾ ਇਹ ਇੰਨੀ ਤੋਂ ਗੁਜ਼ਾਰਸ਼ ਹੈ ਜੀ ਸਾਡੀ ਪਿੰਡ ਦਾ ਨਾਮ ਜਿਹੜਾ ਉਹਦੇ ਨਾਲ ਪਰਿਵਾਰ ਨੇ ਪੰਜਾਬ ਸਰਕਾਰ ਤੋਂ ਮੰਗ ਵੀ ਕੀਤੀ ਕਿ ਕਾਂਸਟੇਬਲ ਹਰਕ੍ਰਿਸ਼ਨ ਸਿੰਘ ਬਹੁਤ ਚੰਗਾ ਖਿਡਾਰੀ ਸੀ ਇਸ ਲਈ ਉਸ ਦੀ ਯਾਦ ਦੇ ਵਿੱਚ ਪਿੰਡ 'ਚ ਇੱਕ ਸਟੇਡੀਅਮ ਬਣਾਇਆ ਜਾਵੇ ਤੇ ਸਰਕਾਰੀ ਸਕੂਲ ਦਾ ਨਾਮ ਵੀ ਉਹਨਾਂ ਦੇ ਪੁੱਤ ਹਰਕ੍ਰਿਸ਼ਨ ਸਿੰਘ ਦੇ ਨਾਮ ਤੇ ਰੱਖਿਆ ਜਾਵੇ ਪੰਡਿਤ ਧਰਮਸ਼ਾਲਾ ਦਾ ਨਾਮ ਵੀ ਸ਼ਹੀਦ ਦੇ ਨਾਂ ਤੇ ਰੱਖਿਆ ਜਾਵੇ ਤੇ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਉਹਨਾਂ ਦੀਆਂ ਸਾਰੀਆਂ ਮੰਗਾਂ ਮੰਨੀਆਂ ਜਾਣਗੀਆਂ ਤੇ ਅੰਤਿਮ ਅਰਦਾਸ ਮੌਕੇ ਭੋਗ ਮੌਕੇ ਉਹ ਖੁਦ ਉੱਥੇ ਪਹੁੰਚਣਗੇ ਉੱਥੇ ਸ਼ਹੀਦ ਦੇ ਪਿਤਾ ਤੇ ਚਾਚਾ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਵੱਲੋਂ ਅਤਵਾਦੀਆਂ ਨੂੰ ਮੂੰਹ ਤੋੜਮਾ ਜਵਾਬ ਦਿੱਤਾ ਜਾਵੇ ਫੌਜ ਨੂੰ ਵੀ ਅੱਤਵਾਦੀਆਂ ਨੂੰ ਖਤਮ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਕਿ ਜਿਹੜੇ ਦੇਸ਼ ਤੇ ਸਾਡੇ ਜਵਾਨ ਨੇ ਉਹਨਾਂ ਨੂੰ ਆਪਣੀ ਜਾਨ ਇਨ੍ਹਾਂ ਦੇ ਹੱਥੋਂ ਨਾ ਗਵਾਉਣੀ ਪਵੇ ਲੋਗਾ ਦੇ ਜਵਾਨ ਕੁਲਵੰਤ ਸਿੰਘ ਦੀ ਮਰਤਕ ਦੇ ਜੱਡੀ ਪਿੰਡ ਚੜਿੱਕ ਚ ਪਹੁੰਚੀ ਜਿੱਥੇ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਦੇ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਨ੍ਹਾਂ ਦੇ ਪਿੰਡ ਪਹੁੰਚੇ ਤੇ ਇਨ੍ਹਾਂ ਦੇ ਘਰੇ ਇਹ ਇਕੱਠ ਕੋਈ ਪਹਿਲੀ ਵਾਰ ਨਹੀਂ ਬਲਕਿ ਦੂਸਰੀ ਵਾਰੀ ਹੋਇਆ ਕਿਉਂਕਿ ਇਸ ਤੋਂ ਪਹਿਲਾਂ ਕੁਲਵੰਤ ਸਿੰਘ ਦੇ ਪਿਤਾ ਬਲਦੇਵ ਸਿੰਘ ਵੀ ਕਾਰਗਿਲ ਦੀ ਜੰਗ ਵਿੱਚ ਸ਼ਹੀਦ ਹੋ ਗਏ ਸਨ ਕੁਲਵੰਤ ਸਿੰਘ 14 ਸਾਲ ਪਹਿਲਾਂ ਇੰਡੀਅਨ ਆਰਮੀ ਦੇ ਵਿੱਚ ਭਰਤੀ ਹੋਏ ਸਨ ਕਰੀਬ 2 ਮਹੀਨੇ ਪਹਿਲਾਂ ਹੀ ਉਹ ਆਪਣੇ ਪਰਿਵਾਰ ਨੂੰ ਮਿਲ ਕੇ ਗਏ ਸਨ ਜਿਵੇਂ ਕਦਨੇ ਘਰ ਦਾ ਸੀਗਾ ਮੇਰੇ ਪੁੱਤ ਦੇ ਟੀਕੇ ਲਵਾਏ ਸੀ ਦੂਜੇ ਤੇ ਉਹ ਬਾਈ ਨੂੰ ਆਦਾ ਸੀ ਕਹਿੰਦਾ ਕਿ ਮੰਮੀ ਟੀਕਾ ਮੈਂ ਘਰ ਦਗਾਏ ਕੋਈ ਨਹੀਂ ਪਤਾ ਤੂੰ ਨਾ ਚਿੰਤਾ ਕਰਿਆ ਕਰ ਆ ਨਾ ਨੀ ਮੰਮੀ ਰੋਂਦੇ ਨਹੀਂ ਚੱਲੇ ਜਾਂਦੇ ਜਦੋਂ ਰੋਂ ਲੱਗ ਜਾਂਦੇ ਆਈ ਗੱਲਾਂ ਕੀ ਕਹਿੰਨਾ ਮੰਮੀ ਆਂਦੀ ਚੇਤਨਾ ਬਹਰ ਰੱਖ ਜ਼ਿਲ੍ਹਾ ਬਠਿੰਡਾ ਦੇ ਪਿੰਡ ਬਾਗਾ ਦੇ ਜੰਪਲ ਫੌਜੀ ਸੇਵਕ ਸਿੰਘ ਦਾ ਵੀ ਸਰਕਾਰੀ ਸਮਾਣਾ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ 2018 ਦੇ ਵਿੱਚ ਹੀ ਹਲੇ ਫੌਜ ਭਰਤੀ ਹੋਏ ਸਨ 20 ਦਿਨ ਪਹਿਲਾਂ ਹੀ ਛੁੱਟੀ ਕੱਟ ਕੇ ਗਏ ਸਨ ਪਿਤਾ ਚਰਨਾ ਸਿੰਘ ਨੇ ਦੱਸਿਆ ਕਿ ਸੇਵਕ ਸਿੰਘ ਉਹਨਾਂ ਦਾ ਇਕਲੌਤਾ ਪੁੱਤਰ ਸੀ ਦਲਿਤ ਪਰਿਵਾਰ ਦੇ ਨਾਲ ਸੰਬੰਧਿਤ ਸੇਵਕ ਸਿੰਘ ਦੇ ਪਿਤਾ ਚਰਨਾ ਸਿੰਘ ਦਿਹਾੜੀਦਾਰ ਕਾਮੇ ਨੇ ਹਾਲਾਂਕਿ ਇਹਨਾਂ ਦੀ ਸ਼ਹਾਦਤ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਨੇ ਪਰਿਵਾਰਾਂ ਦੇ ਨਾਲ ਦੁੱਖ ਦਾ ਪ੍ਰਗਟਾਵਾ ਕਰਦੇ ਐਲਾਨ ਕੀਤਾ ਸੀ ਕਿ ਉਹ ਖੁਦ ਸਾਰੇ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਉਹਨਾਂ ਦੇ ਘਰੇ ਜਾਣਗੇ ਤੇ ਇੱਕ ਇੱਕ ਕਰੋੜ ਰੁਪਏ ਦਾ ਐਕਸ ਗ੍ਰੇਸ਼ੀਆ ਜਿਹੜਾ ਚੈੱਕ ਹੈ ਉਹ ਉਹਨਾਂ ਨੂੰ ਦੇ ਕੇ ਆਉਣਗੇ ਸਾਡਾ ਪੋਤਾ ਚੜ ਗਿਆ ਜੀ ਉਹ ਸਕੂਲ ਉਹ ਸਕੂਲ ਬਣਾਉਣਾ ਚਾਹੀਦਾ ਉਹਦੀ ਫੋਟੋ ਜ਼ਰੂਰੀ ਨਹੀਂ ਚਾਹੀਦੀ ਬੁੱਧ ਬਣਾਉਣਾ ਚਾਹੀਦਾ ਜੀ ਵਿਸ਼ੇਵ ਕਿਹਦੇ ਵਿਸ਼ੇਵ ਕੋ ਵੀ ਮੱਖਣ ਸਿੰਘ ਦਾ ਪੁੱਤ ਉਹ ਵੀ ਆਸ਼ੀਰਦ ਨਹੀਂ ਕਰਦਾ ਸੋ ਭਾਵੇਂ ਕਰੋੜਾਂ ਰੁਪਈਆਂ ਦੇ ਚੈੱਕ ਮਿਲ ਜਾਣ ਕਰੋੜਾਂ ਕੀ ਅਰਬਾਂ ਖਰਬਾਂ ਰੁਪਈਏ ਮਿਲ ਜਾਣ ਪਰ ਇੰਨੇ ਪੈਸੇ ਦੇ ਨਾਲ ਵੀ ਇਹ ਜਿਹੜੇ ਪਰਿਵਾਰ ਨੇ ਇਹ ਮਾਪੇ ਨੇ ਆਪਣਾ ਪੁੱਤ ਵਾਪਸ ਨਹੀਂ ਲਿਆ ਸਕਦੇ ਇਸ ਪੈਸੇ ਦੇ ਨਾਲ ਉਹ ਆਪਣੇ ਦੁੱਖ ਨੂੰ ਥੋੜਾ ਨਹੀਂ ਕਰ ਸਕਦੇ ਪਰ ਸਰਕਾਰਾਂ ਵੀ ਕੁਝ ਨਹੀਂ ਕਰ ਸਕਦੀਆਂ ਜਦੋਂ ਸ਼ਹਾਦਤ ਹੁੰਦੀ ਹੈ ਜਦੋਂ ਕੋਈ ਜੀ ਚਲਿਆ ਜਾਂਦਾ ਹੈ ਤਾਂ ਇਹ ਸਿਰਫ ਇੱਕ ਮਦਦ ਦੇ ਲਈ ਇੱਕ ਹੱਥ ਹੁੰਦਾ ਹੈ ਤਰਵਾਸ ਦੇ ਲਈ ਇੱਕ ਹੱਥ ਹੁੰਦਾ ਹੈ ਵਾਪਸ ਤਾਂ ਕੋਈ ਵੀ ਕਿਸੇ ਨੂੰ ਲਿਆ ਨਹੀਂ ਸਕਦਾ ਪਰ ਇੰਨਾ ਕੁ ਜ਼ਰੂਰ ਕਰ ਸਕਦਾ ਹੈ ਕਿ ਹੁਣ ਪਿੱਛੇ ਜਦੋਂ ਕੋਈ ਵੀ ਪਾਲਣ ਪੋਸ਼ਣ ਵਾਲਾ ਬੱਚਾ ਨਹੀਂ ਹੈ ਰੋਜ਼ਗਾਰ ਕਮਾਉਣ ਵਾਲਾ ਚਲਾ ਗਿਆ ਹੈ ਤਾਂ ਸਰਕਾਰਾਂ ਇਸ ਤਰੀਕੇ ਦੇ ਨਾਲ ਪੀੜਤਾਂ ਦੀ ਮਦਦ ਕਰਦੀਆਂ ਨੇ ਸ਼ੁਕਰਵਾਨੂ ਰਾਜਧਾਨੀ ਦਿੱਲੀ ਤੋਂ ਖਬਰ ਮਿਲੀ ਕਿ ਪੁਲਿਸ ਨੇ ਸਾਬਕਾ ਰਾਜਪਾਲ ਸਤਿਆਪਾਲ ਮਲਿਕ ਕਿਸਾਨਾਂ ਤੇ ਖਾ ਪੰਚਾਇਤਾਂ ਦੇ ਲਈ ਨੂੰ ਹਿਰਾਸਤ ਵਿੱਚ ਲੈ ਲਿਆ ਸਤਿਆਪਾਲ ਮਲਿਕ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਆਪਣੀ ਗ੍ਰਿਫਤਾਰੀ ਦਾ ਖੁਦ ਦਾਵਾ ਕੀਤਾ ਦਰਅਸਲ ਹਰਿਆਣਾ ਦੀਆਂ ਖਾ ਪੰਚਾਇਤਾਂ ਤੇ ਕਿਸਾਨ ਜਥੇਬੰਦੀਆਂ ਨੇ ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਸਤਿਆਪਾਲ ਮਲਿਕ ਦੇ ਸਮਰਥਨ ਦੇ ਵਿੱਚ ਦਿੱਲੀ ਦੇ ਆਰ ਕੇ ਪੁਰਮ ਦੇ ਵਿੱਚ ਇੱਕ ਸਮਾਗਮ ਰੱਖਿਆ ਸੀ ਜਿਸ ਦੀ ਇਜਾਜ਼ਤ ਪ੍ਰਸ਼ਾਸਨ ਨੇ ਨਹੀਂ ਦਿੱਤੀ ਸੀ ਫਿਰ ਵੀ ਹਰਿਆਣਾ ਦੇ ਲੀਡਰ ਮਲਿਕ ਦੇ ਘਰ ਇਕੱਠੇ ਹੋਏ ਇਸ ਦਰਮਿਆਨ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਵੀਡੀਓ ਪਾ ਕੇ ਦਾਵਾ ਕੀਤਾ ਕਿ ਉਹਨਾਂ ਨੂੰ ਸਤਿਆਪਾਲ ਮਲਿਕ ਨੂੰ ਤੇ ਹੋਰ ਜਿਹੜੇ ਕਈ ਕਿਸਾਨ ਤੇ ਖਾਪ ਲੀਡਰ ਨੇ ਉਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਦੌਰਾਨ ਸੱਤਪਾਲ ਮਲਿਕ ਨੇ ਵੀ ਆਪਣੇ ਟਵਿੱਟਰ ਹੈਂਡਲ ਤੋਂ ਅਰੈਸਟਡ ਲਿਖ ਕੇ ਆਪਣੇ ਹਿਰਾਸਤ ਵਿੱਚ ਲਏ ਜਾਣ ਦੀ ਖਬਰ ਹੋਰ ਵੀ ਪੱਕੀ ਕਰ ਦਿੱਤੀ। ਮਲਿਕ ਤੋਂ ਇਲਾਵਾ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ, ਕਾਂਗਰਸ ਲੀਡਰ ਅਲਕਾ ਲਾਂਬਾ ਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਵੀ ਇਸ ਮਾਮਲੇ 'ਚ ਟਵੀਟ ਕੀਤੇ। ਹਾਲਾਂਕਿ ਦਿੱਲੀ ਪੁਲਿਸ ਨੇ ਇਹਨਾਂ ਸਭ ਦੀ ਗ੍ਰਿਫਤਾਰੀ ਨੂੰ ਗਲਤ ਦੱਸਿਆ। ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਪਾ ਕੇ ਜਾਣਕਾਰੀ ਦਿੱਤੀ ਕਿ ਸਾਬਕਾ ਰਾਜਪਾਲ ਨੂੰ ਆਪ ਪ੍ਰਧਾਨਾਂ ਤੇ ਕਿਸਾਨ ਲੀਡਰਾਂ ਨੇ ਖਾਣੇ ਤੇ ਬੁਲਾਇਆ ਸੀ ਪਰ ਪੁਲਿਸ ਨੇ ਆ ਕੇ ਨਾ ਪ੍ਰੋਗਰਾਮ ਰੱਦ ਕਰਵਾ ਦਿੱਤਾ ਅਤੇ ਸਭ ਨੂੰ ਹਿਰਾਸਤ ਵਿੱਚ ਲੈ ਲਿਆ ਬਸੰਤ ਵਿਹਾਰ ਥਾਣੇ ਲੈ ਗਏ ਜਦਕਿ ਰਾਜਪਾਲ ਮਲਿਕ ਨੂੰ ਆਰ ਕੇ ਪੁਰਮ ਥਾਣੇ ਦੇ ਵਿੱਚ ਲਿਜਾਇਆ ਗਿਆ ਕਿਸਾਨ ਲੀਡਰ ਗੁਰਮੀਤ ਸਿੰਘ ਮਹਿਮਾ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਚੜੂਨੀ ਨੇ ਕਿਹਾ ਕਿ ਮੈਂ ਕੱਲ ਹੀ ਕਿਹਾ ਸੀ ਕਿ ਸੱਤੇਪਾਲ ਮਲਿਕ ਦੇ ਵੱਲੋਂ ਜੋ ਬਿਆਨ ਦਿੱਤੇ ਗਏ ਨੇ ਕਿਸਾਨਾਂ ਦੇ ਪੱਖ ਵਿੱਚ ਨੇ ਇਸ ਦੀ ਉਹਨਾਂ ਨੂੰ ਸਜ਼ਾ ਮਿਲ ਸਕਦੀ ਹੈ ਭਾਜਪਾ ਦੀ ਅਜਿਹੀ ਨੀਤੀ ਦੇ ਖਿਲਾਫ ਕਹਿੰਦੇ ਮੈਂ ਸ਼ੰਕਾ ਜ਼ਾਹਿਰ ਕੀਤੀ ਸੀ ਉਸ ਤੋਂ ਬਾਅਦ ਹੀ ਕਹਿੰਦੇ ਤੁਰੰਤ ਉਹਨਾਂ ਨੂੰ ਸੀਬੇ ਦੇ ਸੰਮਨ ਵੀ ਆਗੇ ਸੀ ਤੇ ਫਿਰ ਪੁਲਿਸ ਨੇ ਜ਼ਬਰਦਸਤੀ ਸਾਡਾ ਉਹਨਾਂ ਦੇ ਲਈ ਰੱਖਿਆ ਪ੍ਰੋਗਰਾਮ ਬੰਦ ਕਰਵਾ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਚੜੂਨੀ ਨੇ ਉਸ ਵਕਤ ਦੱਸਿਆ ਕਿ ਅਸੀਂ ਬਸੰਤ ਕੁੰਜ ਥਾਣੇ ਦੇ ਵਿੱਚ ਹਾਂ ਸਾਬਕਾ ਗਵਰਨਰ ਆਰਕੇਪੁਰਮ ਥਾਣੇ ਦੇ ਵਿੱਚ ਦੱਸੇ ਜਾ ਰਹੇ ਨੇ ਕਹਿੰਦੇ ਸਾਨੂੰ ਜਾਮ ਜਾਂ ਪ੍ਰਦਰਸ਼ਨ ਕਰਨ ਬਾਰੇ ਫੋਨ ਆ ਰਹੇ ਨੇ ਪਰ ਅਸੀਂ ਸਭ ਨੂੰ ਕਹਿੰਦੇ ਹਾਂ ਕਿ ਹਾਲੇ ਕੁਝ ਵੀ ਕਰਨ ਦੀ ਲੋੜ ਨਹੀਂ ਹੈ ਅੱਜ ਉਹਨਾਂ ਨੇ ਮਾਨਯੀ ਜੋ ਖਾਪੋਂ ਕੇ ਪ੍ਰਧਾਨ ਹੈ ਉਹਨਾਂ ਦਾ ਔਰ ਜਨ ਪ੍ਰਤੀਨਿਧੀਆਂ ਦਾ ਉਹਨਾਂ ਨੇ ਇੱਕ ਪ੍ਰੋਗਰਾਮ ਥਾ ਕਿ ਉਹਨੂੰ ਖਾਣਾ ਖਾਣਾ ਮਾਣ ਨੂੰ ਖੁਲਾਏਂਗੇ ਉਹਨੂੰ ਬੁਲਾਇਆ ਥਾ ਲੇਕਿਨ ਵਾਹਾਂ ਪੇ जबरदस्ती वो प्रोग्राम बंद करवा दिया है पुलिस ने और माननीय गवर्नर साहब को भी गिरफ्तार कर लिया सभी खाप अध्यक्षों को गिरफ्तार कर लिया हमें भी गिरफ्तार कर लिया है हम अभी बसंत कुंज थाने में हैं और गवर्नर साहब जो है वो आर के पुरम थाने में बता रहे हैं उनको ले गए हैं तो साथियों कई जगह से फोन आ रहे हैं जाम लगाने के या कोई प्रदर्शन करने के मेरा अनुरोध है कि फिलहाल आपने रुकना है फिलहाल आपने कुछ नहीं करना उसके बाद राय करके हम बताएंगे ये अभी इनकी क्या पोजीशन रहती है उसके बाद हम ਅਗਲਾ ਜੋ ਹੈ ਉਹ ਪ੍ਰੋਗਰਾਮ ਤੈਅ karenge ਅਭੀ ਆਪ ਲੋਗੋ ਨੇ ਸ਼ਾਂਤੀ ਬਣਾਈ ਰੱਖਣੀ ਹੈ ਕਿਸਾਨ ਮੋਰਚੇ ਦੇ ਵੱਲੋਂ ਜਾਰੀ ਕੁਝ ਵੀਡੀਓਜ਼ ਦੇ ਵਿੱਚ ਪੁਲਿਸ ਸਮਾਗਮ ਜ਼ਬਰੀ ਇਹ ਪ੍ਰੋਗਰਾਮ ਬੰਦ ਕਰਵਾਉਂਦੀ ਵੀ ਦਿਖ ਰਹੀ ਹੈ ਪੁਲਿਸ ਮੁਲਾਜ਼ਮ ਸਮਾਗਮ ਦੀਆਂ ਕੁਰਸੀਆਂ ਹਟਾ ਰਹੇ ਨੇ ਕੁਝ ਤਸਵੀਰਾਂ ਦੇ ਵਿੱਚ ਦੋਵੇਂ ਲੀਡਰ ਵੱਖ-ਵੱਖ ਥਾਣਿਆਂ ਦੇ ਵਿੱਚ ਸਮਰਥਕਾਂ ਦੇ ਨਾਲ ਬੈਠੇ ਨਜ਼ਰ ਵੀ ਆ ਰਹੇ ਨੇ ਥਾਣੇ ਦੇ ਵਿੱਚ ਸਤਿਆਪਾਲ ਮਲਿਕ ਦੇ ਇੱਕ ਸਮਰਥਕ ਨੇ ਕਿਹਾ ਕਿ ਮਲਿਕ ਨੇ ਦੇਸ਼ ਦੇ ਸਾਹਮਣੇ ਸੱਚਾਈ ਲਿਆਂਦੀ ਤੇ ਉਸ ਦਾ ਸੱਚ ਬੋਲਣਾ ਹੀ ਗੁਨਾਹ ਬਣ ਗਿਆ ਤਾਨਾਸ਼ਾਹੀ ਦਿਖਾਉਂਦੇ ਹੋਏ ਖਾਬਤੇ ਕਿਸਾਨ ਲੀਟਰਨੋਂ ਸਤਿਆਪਾਲ ਮਲਿਕ ਸਮੇਤ ਗ੍ਰਿਫ ਕਿਤਾ ਗਿਆ ਤੇ ਉਹਨਾਂ ਨੇ ਰਿਹਾਈ ਦੀ ਮੰਗ ਕੀਤੀ ਇਸ ਦੌਰਾਨ ਦਿੱਲੀ ਪੁਲਿਸ ਨੇ ਇਹਨਾਂ ਸਾਰੀਆਂ ਖਬਰਾਂ ਨੂੰ ਝੂਠਾ ਕਰਾਰ ਦਿੰਦੇ ਆ ਟਵੀਟ ਕੀਤਾ ਤੇ ਕਿਹਾ ਕਿ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਦੇ ਹरासत ਬਾਰੇ ਸੋਸ਼ਲ ਮੀਡੀਆ ਤੇ ਝੂਠੀ ਜਾਣਕਾਰੀ ਫੈਲਾਈ ਜਾ ਰਹੀ ਹੈ ਜਦ ਕਿ ਉਹ ਖੁਦ ਆਰ ਕੇ ਪੁਰਮ ਥਾਣੇ ਦੇ ਵਿੱਚ ਆਪਣੇ ਸਮਰਥਕਾਂ ਨਾਲ ਪਹੁੰਚੇ ਉਹਨਾਂ ਨੂੰ ਸੂਚਿਤ ਕਰ ਦਿੱਤਾ ਗਿਆ ਕਿ ਉਹ ਆਪਣੀ ਮਰਜ਼ੀ ਨਾਲ ਜਾਣ ਵਾਸਤੇ ਆਜ਼ਾਦ ਹਨ ਇਹ ਦਿੱਲੀ ਪੁਲਿਸ ਨੇ ਦਾਅਵਾ ਕੀਤਾ ਸੰਯੁਕਤ ਕਿਸਾਨ ਮੋਰਚੇ ਨੇ ਵੀ ਪੁਲਿਸ ਦੀ ਇਸ ਕਾਰਵਾਈ ਦੀ ਸਖਤ ਨਿੰਦਿਆ ਕੀਤੀ ਹੈ ਕਿਸਾਨ ਲੀਡਰਾਂ ਜਗਮਉਨ ਸਿੰਘ ਗੁਰਮੀਤ ਸਿੰਘ ਮਹਿਮਰ ਰਮਿੰਦਰ ਸਿੰਘ ਪਟਿਆਲਾ ਨੇ ਦੱਸਿਆ ਕਿ ਸਿ ਰਾਸਤੇ ਵਿੱਚ ਲਏ ਲੀਡਰਾਂ ਨੂੰ ਪੀਤੰਪੁਰਾ ਤੇ ਬਸੰਤ ਕੁੰਜ ਥਾਣਿਆਂ ਦੇ ਵਿੱਚ ਲਜਾਇਆ ਗਿਆ ਕਿਸਾਨ ਲੀਡਰ ਡਾਕਟਰ ਦਰਸ਼ਨਪਾਲ ਨੇ ਵੀ ਦੱਸਿਆ ਕਿ ਇਕੱਠ ਸਾਬਕਾ ਰਾਜਪਾਲ ਸੱਤਪਾਲ ਮਲਿਕ ਦੇ ਨਾਲ ਇੱਕ ਜੁਟਤਾ ਦਿਖਾਉਣ ਦੇ ਲਈ ਕੀਤਾ ਜਾ ਰਿਹਾ ਸੀ ਪਰ ਪੁਲਿਸ ਨੇ ਸਾਰਿਆਂ ਨੂੰ ਚੁੱਕ ਕੇ ਸਟੇਸ਼ਨ ਲੈ ਗਏ ਦਰਸ਼ਨਪਾਲ ਨੇ ਕੁਝ ਵੀਡੀਓਜ਼ ਵੀ ਸਾਂਝੀਆਂ ਕੀਤੀਆਂ ਨੇ ਕਿਸਾਨਾਂ ਮੁਤਾਬਕ ਪੁਲਿਸ ਨੇ ਇਹੀ ਤਰਕ ਕੀਤਾ ਇਹੀ ਤਰਕ ਦਿੱਤਾ ਕਿ ਇਕੱਠ ਨੂੰ ਇਸ ਕਰਕੇ ਰੋਕਿਆ ਗਿਆ ਕਿਉਂਕਿ ਇਸ ਦੀ ਮਨਜ਼ੂਰੀ ਨਹੀਂ ਲਈ ਗਈ ਦਰਅਸਲ ਸਾਰਾ ਕੁਝ ਕਿਉਂ ਹੋ ਰਿਹਾ ਹੈ ਕਿਉਂ ਚੜੂਨੀ ਨੇ ਦਾਵਾ ਕੀਤਾ ਸੀ ਕਿ ਇਹ ਤਾਂ ਹੁਣ ਹੋ ਕੇ ਰਹੂਗਾ ਮਾਲਿਕ ਨੂੰ ਦਰਅਸਲ ਸੀਬੀਆਈ ਇੰਸ਼ੋਰੈਂਸ ਘੁਟਾਲੇ ਦੇ ਵਿੱਚ ਸੱਮਨ ਜਾਰੀ ਕੀਤੇ ਗਏ ਨੇ ਸਤਿਆਪਾਲ ਮਾਲਿਕ ਨੇ ਸ਼ੁਕਰਵਾਰ ਨੂੰ ਖੁਦ ਦੱਸਿਆ ਸੀ ਕਿ ਸੀਬੀਆਈ ਰਿਲਾਇੰਸ ਇੰਸ਼ੋਰੈਂਸ ਮਾਮਲੇ ਦੇ ਵਿੱਚ ਉਹਨਾਂ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ ਉਹਨਾਂ ਨੂੰ ਅਕਬਰ ਰੋਡ ਦੇ ਗੈਸਟ ਹਾਊਸ ਦੇ ਵਿੱਚ ਬੁਲਾਇਆ ਗਿਆ ਉਹਨਾਂ ਨੇ ਕਿਹਾ ਕਿ ਮੈਂ ਰਾਜਸਥਾਨ ਜਾ ਰਹੇ ਹਾਂ ਇਸ ਲਈ ਮੈਂ ਸੀਬੀਆਈ ਨੂੰ 27 ਤੇ 29 April ਤੱਕ ਦੀ ਤਾਰੀਖ ਦਿੱਤੀ ਹੈ ਮਾਲਿਕ ਨੇ ਦਾਵਾ ਕੀਤਾ ਸੀ ਕਿ ਜੰਮੂ ਕਸ਼ਮੀਰ ਦਾ ਰਾਜਪਾਲ ਰਹਿੰਦੇ ਹੋਏ ਉਹਨਾਂ ਨੂੰ ਦੋ ਫਾਈਲਾਂ ਪਾਸ ਕਰਨ ਦੇ ਆਫਰ ਹੋਈ ਸੀ ਤੇ ਇਹਦੇ ਵਿੱਚ ਕਹਿੰਦੇ ਇੱਕ ਫਾਈਲ ਆਰਐਸਐਸ ਦੇ ਆਗੂ ਦੀ ਸੀ ਦੂਸਰੀ ਅਡਾਨੀ ਦੇ ਨਾਲ ਸਬੰਧਿਤ ਸੀ सीबीआई ਨੇ ਕਹਿੰਦੇ ਮੈਨੂੰ ਇਸੇ ਮਾਮਲੇ ਦੇ ਵਿੱਚ ਬੁਲਾਇਆ ਹੈ ਇਸ ਤੋਂ ਪਹਿਲਾਂ ਸਤਿਆਪਾਲ ਮਲਿਕ ਨੇ ਹਾਲੀ ਵਿੱਚ ਕੇਂਦਰ ਸਰਕਾਰ ਦੇ ਵੱਡਾ ਇਲਜ਼ਾਮ ਲਾਉਂਦੇ ਹੋਏ ਦਾਵਾ ਕੀਤਾ ਸੀ ਕਿ ਪੁਲਵਾਮਾ ਹਮਲਾ ਸਰਕਾਰ ਦੇ ਢਿੱਲੇ ਵਤੀਰੇ ਕਰਕੇ ਹੋਇਆ ਸ਼ਨੀਚਰਵਾਰ ਨੂੰ ਅਮਿਤ ਸ਼ਾਹ ਨੇ ਵੀ ਸਤਿਆਪਾਲ ਮਲਿਕ ਤੇ ਪਲਟਵਾਰ ਕਰਦੇ ਹੋਏ ਕਿਹਾ ਸੀ ਕਿ ਸਾਰੀਆਂ ਗੱਲਾਂ ਸਾਡਾ ਸਾਥ ਛੱਡਣ ਦੇ ਬਾਅਦ ਹੀ ਕਿਉਂ ਸਾਹਮਣੇ ਆਉਂਦੀਆਂ ਨੇ ਅੰਤਰਾਤਮਾ ਉਸ ਵੇਲੇ ਕਿੱਥੇ ਗਈ ਸੀ ਜਦ ਜੋ ਲੋਕ ਸੱਤਾ ਦੇ ਵਿੱਚ ਹੁੰਦੇ ਸਨ ਇਹ ਤਿੱਖਾ ਸਵਾਲ ਅਮਿਤ ਸ਼ਾਹ ਨੇ ਵੀ ਸਤਿਆਪਾਲ ਮਲਿਕ ਨੂੰ ਕੀਤਾ ਹੈ ਸੋ ਇਸ ਤੋਂ ਬਾਅਦ ਅੱਗੇ ਇਸ सीबीआई ਦੀ ਜਾਂਚ ਦੇ ਵਿੱਚ ਕੀ ਹੋਣਾ ਹੈ ਇਹ ਕੇਸ ਕਿੱਧਰ ਨੂੰ ਰੁਖ ਅਖਤਿਆਰ ਕਰੇਗਾ ਸਤਿਆਪਾਲ ਮਲਿਕ ਦਾ ਜਿਹੜਾ ਅੱਗੇ ਦੱਸਿਆ ਸੀ ਭਵਿੱਖ ਕੀ ਰਹੇਗਾ ਇਹ ਸਾਰੇ ਸਵਾਲ ਸਾਡੇ ਸਾਹਮਣੇ ਖੜੇ ਨੇ ਅਮਰੀਕਾ ਤੋਂ ਵੱਡੀ ਖਬਰ ਉਹਨਾਂ ਲੋਕਾਂ ਦੇ ਲਈ ਹੈ ਖਾਸ ਕਰਕੇ ਉਹਨਾਂ ਭਾਰਤੀਆਂ ਦੇ ਲਈ ਹੈ ਜਿਹੜੇ ਕਿ ਅਮਰੀਕਾ ਜਾ ਕੇ ਵਸਣਾ ਚਾਹੁੰਦੇ ਨੇ ਅਮਰੀਕਾ ਦੀ ਸਰਕਾਰ ਨੇ ਕਿਹਾ ਹੈ ਟੀਚਾ ਰੱਖਿਆ ਕਿ ਇਸ ਸਾਲ ਅਮਰੀਕਾ ਦੇ ਵਿੱਚ ਭਾਰਤੀਆਂ ਨੂੰ 10 ਲੱਖ ਤੋਂ ਅਦ ਵੀਜ਼ੇ ਜਾਰੀ ਕੀਤੇ ਜਾਣਗੇ ਰਾਸ਼ਟਰਪਤੀ ਜੋ ਬਾਈਡਨ ਪ੍ਰਸ਼ਾਸਨ ਦੇ ਵਿੱਚ ਦੱਖਣੀ ਏਸ਼ੀਆ ਦੇ ਲਈ ਸੀਨੀਅਰ ਅਧਿਕਾਰੀ ਨੇ ਜਾਣਕਾਰੀ ਦਿੱਤੀ ਤੇ ਭਰੋਸਾ ਦਿਵਾਇਆ ਕਿ ਬਾਈਡਨ ਪ੍ਰਸ਼ਾਸਨ ਇਸ ਗਰਮੀ ਦੇ ਵਿੱਚ ਉਹਨਾਂ ਸਾਰੇ ਭਾਰਤੀਆਂ ਦੇ ਲਈ ਵਿਦਿਆਰਥੀ ਵੀਜ਼ਾ ਪ੍ਰਕਿਰਿਆ ਸ਼ੁਰੂ ਕਰੇਗਾ ਜਿਨ੍ਹਾਂ ਦਾ ਸੈਸ਼ਨ ਸਤੰਬਰ ਦੇ ਵਿੱਚ ਸ਼ੁਰੂ ਹੋਣ ਵਾਲਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅਮਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੂੰ 에어ਪੋਰਟ ਤੇ ਰੋਕੇ ਜਾਣ ਦੀ ਪਰੇਸ਼ਾਨ ਕੀਤੀ ਜਾਂਦੀ ਨਿੰਦਿਆ ਕੀਤੀ ਹੈ ਪ੍ਰਧਾਨ ਨੇ ਕਿਹਾ ਕਿ ਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਨੌਜਵਾਨੀ ਦੇ ਅੰਦਰ دہشت ਵਾਲਾ ਖੌਫ ਵਾਲਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਪੰਜਾਬ ਦਾ ਇਤਿਹਾਸ ਤੇ ਸਰਕਾਰਤियां ਪਹਿਣਾ ਦੀ ਰਾਖੀ ਤੇ ਸਤਿਕਾਰ ਕਰਨ ਵਾਲਾ ਪਰ ਮੌਜੂਦਾ ਸਰਕਾਰ ਦੇ ਵੱਲੋਂ ਇਸ ਤਰ੍ਹਾਂ ਬੱਚਿਆਂ ਨੂੰ ਰੋਕਣਾ ਤੇ ਸ਼ੱਕ ਦੀ ਨਿਗਾਹ ਦੇ ਨਾਲ ਦੇਖਣਾ ਠੀਕ ਨਹੀਂ ਹੈ ਸਰਕਾਰ ਨੂੰ ਕਹਿੰਦੇ ਜਿਹੜੀਆਂ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਜਿਨ੍ਹਾਂ ਦੇ ਨਾਲ ਪੰਜਾਬ ਦੀਆਂ ਮਾਨਤਾਵਾਂ ਦਾ ਨਿਰਾਦਰ ਹੋਵੇ ਪਰਿਵਾਰ ਨੂੰ ਮਿਲਣਾ ਤੇ ਕਿਤੇ ਵੀ ਜਾਣਾ ਹਰ ਨਾਗਰਿਕ ਦਾ ਕਹਿੰਦੇ ਅਧਿਕਾਰ ਹੈ ਬਿਨਾਂ ਕਿਸੇ ਦੋਸ਼ ਦੇ ਕਿਸੇ ਨੂੰ ਰੋਕ ਲੈਣਾ ਮਨੁੱਖੀ ਅਧਿਕਾਰਾਂ ਦਾ ਸਿੱਧਾ ਉਲੰਘਣ ਹੈ ਸਰਕਾਰ ਨੂੰ ਅਜਿਹੀਆਂ ਗੱਲਾਂ ਤੋਂ ਬਾਝ ਆਉਣਾ ਚਾਹੀਦਾ ਹੈ ਉਹਨਾਂ ਇਹ ਵੀ ਕਿਹਾ ਕਿ ਕਿਰਨਦੀਪ ਕੌਰ ਨੂੰ ਹਵਾਈ ਅੱਡੇ ਤੇ ਰੋਕਣ ਦੀ ਕਾਰਵਾਈ ਨੇ ਸਰਕਾਰ ਤੇ ਕਈ ਵੱਡੇ ਸਵਾਲ ਖੜੇ ਕੀਤੇ ਨੇ ਉਧਰ ਪੰਜਾਬ ਤੋਂ ਬਾਅਦ ਹੁਣ ਹਰਿਆਣਾ ਪੁਲਿਸ ਵੀ ਵਾਰਿਸ ਪੰਜਾਬ ਦੇ ਮੁਖੀ ਅਮਰਿਤਪਾਲ ਸਿੰਘ ਦੇ ਹਮਾਇਤਿਆਂ ਖਿਲਾਫ ਸਖਤ ਰੁਖ ਅਖਤਿਆਰ ਕਰ ਰਹੀ ਹੈ ਸੋਸ਼ਲ ਮੀਡੀਆ ਤੇ ਅਮਰਿਤਪਾਲ ਸਿੰਘ ਬਾਰੇ ਕੋਈ ਵੀ ਜਾਣਕਾਰੀ ਸਾਂਝੀ ਕਰਨ ਵਾਲਿਆਂ ਦੇ ਖਿਲਾਫ ਪੰਜਾਬ ਪੁਲਿਸ ਤੇ ਕੌਮੀ ਜਾਂਚ ਏਜੰਸੀ ਦਾ ਕਾਰਵਾਈ ਕਰ ਹੀ ਰਹੀ ਹੈ ਹੁਣ ਹਰਿਆਣਾ ਪੁਲਿਸ ਨੇ ਵੀ ਇੱਕ ਸਿੱਖ ਜਵਾਨ ਨੂੰ ਗ੍ਰਿਫਤਾਰ ਕੀਤਾ ਨੌਜਵਾਨ ਨੇ ਇਹ ਸੂਰ ਕੀਤਾ ਸੀ ਕਿ ਆਪਣੇ WhatsApp ਸਟੇਟਸ ਤੇ ਉਹਨੇ ਅਮਰਿਤਪਾਲ ਸਿੰਘ ਦਾ ਸਮਰਥਨ ਕਰ ਦਿੱਤਾ ਗ੍ਰਿਫਤਾਰ ਸਿੱਖ ਨੌਜਵਾਨ ਦਾ ਨਾਮ ਆਕਾਸ਼ਦੀਪ ਸਿੰਘ ਹੈ ਤੇ ਉਹ ਬੁੱਢੀਆ ਦਾ ਰਹਿਣ ਵਾਲਾ ਹੈ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਰਿਮਾਂਡ ਵੀ ਲੈ ਲਿਆ ਗਿਆ ਪਤਾ ਲੱਗਿਆ ਕਿ ਆਕਾਸ਼ਦੀਪ ਇੱਕ ਹਿੰਦੂ ਜਥੇਬੰਦੀ ਦੇ WhatsApp ਗਰੁੱਪ ਨਾਲ ਜੁੜਿਆ ਹੋਇਆ ਸੀ ਆਕਾਸ਼ਦੀਪ ਨੇ ਆਪਣੇ ਸਟੇਟਸ ਦੇ ਵਿੱਚ ਅਮਰਿਤਪਾਲ ਦੀ ਫੋਟੋ ਅਤੇ ਕੁਝ ਲਾਈਨਾਂ ਪੰਜਾਬੀ ਭਾਸ਼ਾ ਦੇ ਵਿੱਚ ਲਿਖੀਆਂ ਸਾਂਝੀਆਂ ਸਨ ਜੋ ਮਿੰਟਾਂ ਸਕਿੰਟਾਂ ਦੇ ਵਿੱਚ ਵਾਇਰਲ ਹੋ ਗਈਆਂ ਲੋਕਾਂ ਨੇ ਸਖਤ ਇਤਰਾਜ਼ ਜਤਾਇਆ ਜਿਸ ਤੋਂ ਬਾਅਦ ਬੁੱਢੀਆ ਥਾਣੇ ਦੇ ਸੁਰੱਖਿਆ ਏਜੰਟ ਮਨੋਜ ਕੁਮਾਰ ਦੇ ਸ਼ਿਕ ਮੁਤਾਬਕ ਸਾਈਬਰ ਸੈੱਲ ਕਾਫੀ ਸਰਗਰਮ ਹੈ ਹਰ ਪੋਸਟ ਤੇ ਨਜ਼ਰ ਰੱਖੀ ਜਾ ਰਹੀ ਹੈ ਭੜਕਾਉ ਪੋਸਟ ਤੇ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਪੰਜਾਬ ਪੁਲਿਸ ਅਤੇ ਐਨਆਈਏ ਨੇ ਪਿਛਲੇ ਹਫਤੇ ਕਪੂਰਥਲਾ ਦੇ ਵਕੀਲ ਰਾਜੀਤ ਸਿੰਘ ਦੇ ਖਿਲਾਫ ਅਮਰਿਤਪਾਲ ਸਿੰਘ ਦੀਆਂ ਕੁਝ ਪੋਸਟਾਂ ਸੋਸ਼ਲ ਮੀਡੀਆ ਤੇ ਸਾਂਝੀਆਂ ਕਰਨ ਨੂੰ ਲੈ ਕੇ ਗ੍ਰਿਫਤਾਰ ਕੀਤਾ ਸੀ ਰਾਜਦੀਪ ਸਿੰਘ ਨੂੰ ਪੌਂਟਾ ਸਾਹਿਬ ਤੋਂ ਵਾਪਸ ਆਉਂਦੇ ਸਮੇਂ ਪੰਜਾਬ ਪੁਲਿਸ ਤੇ ਐਨਆਈਏ ਦੀ ਟੀਮ ਨੇ ਰਾਜੋਹੀ ਫੜ ਲਿਆ ਸੀ ਰਾਜਦੀਪ ਸਿੰਘ ਦੀ ਗ੍ਰਿਫਤਾਰੀ ਦੇ ਖਿਲਾਫ ਕਪੂਰਥਲਾ ਦੀ ਬਾਰ ਐਸੋਸੀਏਸ਼ਨ ਨੇ ਇੱਕ ਦਿਨ ਦੀ ਹੜਤਾਲ ਵੀ ਕੀਤੀ ਸੀ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਅਮਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਦੇ ਹੱਕ ਵਿੱਚ ਬੋਲਣ ਤੇ ਕਾਂਗਰਸ ਐਮਪੀ ਰਵਨੀਤ ਬਿੱਟੂ ਨੇ ਸਖਤ ਇਤਰਾਜ਼ ਜ਼ਾਹਿਰ ਕੀਤਾ ਹੈ ਉਹਨਾਂ ਨੇ ਇਲਜ਼ਾਮ ਲਾਇਆ ਕਿ ਜਥੇਦਾਰ ਸਾਹਿਬ ਦੇਸ਼ ਤੇ ਲਈਸ਼ੀਦ ਹੋਣ ਵਾਲਿਆਂ ਦੇ ਲਈ ਨਹੀਂ ਬੋਲਦੇ ਜਦ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਮੁਲਜ਼ਮਾਂ ਨੂੰ ਬਚਾਉਣ ਲਈ ਇਹਨਾਂ ਨੇ ਵਕੀਲ ਵੀ ਭੇਜ ਦਿੱਤੇ ਨੇ ਇੰਨਾ ਹੀ ਨਹੀਂ ਬਿੱਟੂ ਨੇ ਕਿਹਾ ਕਿ ਜਥੇਦਾਰ ਸਾਹਿਬ ਤੁਹਾਨੂੰ ਬਚਾਉਣ ਵਾਲੇ ਦੇਸ਼ ਦੇ ਫੌਜੀ ਨਹੀਂ ਕਹਿੰਦੇ ਜੇ ਫੌਜੀ ਨਾ ਹੋਣ ਤਾਂ ਤੁਹਾਨੂੰ ਚੀਨ ਤੇ ਪਾਕਿਸਤਾਨ ਵਾਲੇ ਕੇ ਲੈ ਜਾਣਗੇ ਵਿਵਾਦਿਤ ਬਿਆਨ ਬਿੱਟੂ ਨੇ ਦਿੱਤਾ ਕਾਂਗਰਸ ਐਮਪੀ ਨੇ ਵੀ ਸਵਾਲ ਕੀਤਾ ਕਿ ਸ਼ਹੀਦ ਹੋਣ ਵਾਲੇ ਜਵਾਨਾਂ ਦੀਆਂ ਫੋਟੋਆਂ ਦਰਬਾਰ ਸੈਵ ਵਿਖੇ ਕਿਉਂ ਨਹੀਂ ਲਾਈਆਂ ਜਾਂਦੀਆਂ ਸ਼ਹੀਦਾਂ ਨਾਲ ਪੱਖਪਾਤ ਕਿਉਂ ਕਰਦੇ ਹੋ ਸ਼ਹੀਦ ਫੌਜੀਆਂ ਦੇ ਘਰ ਕਿਉਂ ਨਹੀਂ ਜਾਂਦੇ ਐਸਪੀਸੀ ਵਾਲੇ ਇਹਨਾਂ ਸ਼ਹੀਦ ਫੌਜੀਆਂ ਦੇ ਪਰਿਵਾਰਾਂ ਦੀ ਮਦਦ ਕਿਉਂ ਨਹੀਂ ਕਰਦੇ ਇਹ ਬਿੱਟੂ ਨੇ ਤਿੱਖੇ ਸਵਾਲ ਕੀਤੇ ਨੇ ਜਥੇਦਾਰ ਨੇ ਭਾਵੇਂ ਬਿੱਟੂ ਦੀ ਇਸ ਬਿਆਨਬਾਜ਼ੀ ਨੂੰ ਕੋਈ ਤਵੱਜੋ ਨਹੀਂ ਦਿੱਤੀ ਪਰ ਅਕਾਲੀ ਦਰਬ ਦੇ ਸੀਨੀਅਰ ਲੀਡਰ ਵਰਸਾ ਸਿੰਘ ਵਲ ਟੋਹਾ ਨੇ ਜ਼ਰੂਰ ਜਵਾਬ ਦਿੱਤਾ ਹੈ ਉਹਨਾਂ ਕਿਹਾ ਕਿ ਜਥੇਦਾਰ ਸਾਹਿਬ ਨੂੰ ਰਵਨੀਤ ਬਿੱਟੂ ਤਾਂ ਨਸੀਅਤ ਨਾ ਹੀ ਦੇਣ ਤਾਂ ਚੰਗਾ ਹੈ ਕਿਉਂਕਿ ਸਿੱਖ ਮਰਿਆਦਾ ਦੀ ਉਲੰਘਣਾ ਹੈ ਜੇ ਕਹਿੰਦੇ ਅਮਰਿਤਪਾਲ ਨੇ ਕੋਈ ਜੁਰਮ ਕੀਤਾ ਹੈ ਤਾਂ ਉਹਨੂੰ ਜ਼ਰੂਰ ਫੜੋ ਪਰ ਤੁਸੀਂ 18 ਮਾਰਚ ਨੂੰ ਘਰੋਂ ਫੜਨ ਦੀ ਬਜਾਏ ਉਸ ਦਾ ਪਿੱਛਾ ਕਿਉਂ ਕਰਨ ਲੱਗ ਪਏ ਉਸ ਤੋਂ ਬਾਅਦ ਹੁਣ ਸਿੱਖ ਨੌਜਵਾਨਾਂ ਦੀ ਵੀ ਕਹਿੰਦੇ ਫੜੋ ਫੜਾਈ ਹੋ ਰਹੀ ਹੈ ਨੌਜਵਾਨਾਂ ਨੂੰ ਫੋਟੋ ਸਾਂਝੀ ਕਰਨ ਤੇ ਵੀ ਫੜਿਆ ਜਾ ਰਿਹਾ ਹੈ ਇਹਨਾਂ ਨੇ ਕਿਐ ਤੁਸੀਂ ਕਿਰਨਦੀਪ ਕੌਰ ਨੂੰ ਕਿਸ ਜੁਰਮ ਦੇ ਵਿੱਚ ਰੋਕ ਰਹੇ ਹੋ ਬ੍ਰਿਟਿਸ਼ ਨਾਗਰਿਕ ਹੈ ਉਸ ਦਾ ਗੁਨਾਹ ਸਿਰਫ ਇਹ ਨਹੀਂ ਹੈ ਕਿ ਉਹ ਅਮਰਿਤਪਾਲ ਸਿੰਘ ਦੀ ਪਤਨੀ ਹੈ ਵਲਟੋਆ ਨੇ ਪੁੱਛਿਆ ਕਿ ਜਥੇਦਾਰ ਤੇ ਸਵਾਲ ਚੁੱਕਣ ਵਾਲੇ ਰਵਨੀਤ ਬਿੱਟੂ ਖੁਦ ਵੀ ਦੱਸਣ ਕਿ ਉਹ ਤਿੰਨ ਵਾਰੀ ਐਮਪੀ ਰਹੇ ਹੁਣ ਵੀ ਨੇ ਸ਼ਹੀਦਾਂ ਦੇ ਪਰਿਵਾਰਾਂ ਵਾਸਤੇ ਇਹਨਾਂ ਨੇ ਕੀ ਕੀਤਾ ਹੈ ਵਲਟੋਆ ਨੇ ਕਿਹਾ ਕਿ ਸਾਨੂੰ ਕਿਸ ਤੋਂ ਸਬਕ ਲੈਣ ਦੀ ਲੋੜ ਨਹੀਂ ਹੈ ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀ ਦਿੱਤੀ ਤੇ ਹੁਣ ਵੀ ਸਰਹੱਦਾਂ ਤੇ ਡਟੇ ਹੋਏ ਨੇ ਜਲੰਧਰ ਜ਼ਿਮਨੀ ਚੌਂ ਦੀ ਗੱਲ ਕਰ ਲਈਏ ਤਾਂ ਜਿੱਥੇ ਤਾਪਮਾਨ ਦੇ ਵਿੱਚ ਗਰਮੀ ਵਧਦੀ ਜਾ ਰਹੀ ਹੈ ਉੱਥੇ ਹੀ ਇਸ ਜ਼ਿਮਨੀ ਚੋਣ ਦਰਮਿਆਨ ਲੀਡਰਾਂ ਦੇ ਬਿਆਨਾਂ ਅਤੇ ਪ੍ਰਚਾਰ ਦੀ ਗਰਮੀ ਤਪਸ਼ ਵੀ ਵਧਦੀ ਜਾ ਰਹੀ ਹੈ ਜਲੰਧਰ ਦੇ ਵਿੱਚ ਰੋਜ਼ਾਨਾ ਹਰੇਕ ਪਾਰਟੀ ਦਾ ਕੋਈ ਨਾ ਕੋਈ ਵੱਡਾ ਲੀਡਰ ਪਹੁੰਚਿਆ ਹੁੰਦਾ ਹੈ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ੁੱਕਰਵਾਰ ਨੂੰ ਮਾਫ ਕਰਨਾ ਸ਼ਨੀਚਰਵਾਰ ਨੂੰ ਜਲੰਧਰ ਪਹੁੰਚੇ ਅਤੇ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਰਗੜੇ ਲਾਏ ਤੇ ਸਬੂਤ ਲੈ ਕੇ ਸਿੱਧੂ ਇਸ ਪ੍ਰੈਸ ਕਾਨਫਰੰਸ ਤੇ ਵਿੱਚ ਪਹੁੰਚੇ ਜੇਲ੍ਹੋਂ ਬਾਹਰ ਆਉਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਸਰਕਾਰ ਤੇ ਲਗਾਤਾਰ वार ਕਰਦੇ ਨਜ਼ਰ ਆ ਰਹੇ ਨੇ ਜਿਸ ਦਿਨ ਜੇਲ੍ਹ ਚੋਂ ਬਾਹਰ ਆਏ ਸੀ ਉਸ ਦਿਨ ਵੀ ਉਹਨਾਂ ਨੇ ਖਾਸ ਤੌਰ ਤੇ ਭਗਵੰਤ ਮਾਨ ਨੂੰ ਹੀ ਨਿਸ਼ਾਨੇ ਤੇ ਲਿਆ ਸੀ ਤੇ ਆਸ ਗੱਲੇ ਦੇਖਣ ਵਾਲੀ ਹੈ ਕਿ ਨਵਜੋਤ ਸਿੰਘ ਸਿੱਧੂ ਹੁਣ ਅਕਾਲੀਆਂ ਨੂੰ ਰਗੜਾ ਘੱਟ ਲਾਉਂਦੇ ਨੇ ਆਮ ਆਦਮੀ ਪਾਰਟੀ ਤੇ ਜ਼ਿਆਦਾ ਵਰਦੇ ਨੇ ਲੋਕ ਸਭਾ ਜ਼ਿਮਨੀ ਚੋਣ ਦੇ ਵਿੱਚ ਸਿੱਧੂ ਵਾਰ ਤੇ ਪ੍ਰਚਾਰ ਦੋਵੇਂ ਹੀ ਕਰ ਰਹੇ ਨੇ ਸਿੱਧੂ ਨੇ ਆਮ ਆਦਮੀ ਪਾਰਟੀ ਦੇ ਲੀਡਰਾਂ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਝੂਠੇ ਦੱਸਦਿਆਂ ਭਗਵੰਤ ਮਾਨ ਸਰਕਾਰ ਤੋਂ ਹੁਣ ਤੱਕ ਕੀਤੇ ਕੰਮਾਂ ਦਾ ਹਿਸਾਬ ਵੀ ਮੰਗਿਆ ਹੈ ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਸੀ ਕਿ ਰਿੱਤੇ ਚ 20000 ਕਰੋੜਾ 20000 ਕਰੋੜ ਰੁਪਏ ਲਿਆ ਕੇ ਦੇਵਾਂਗੇ ਪਰ 20000 ਰੋੜ ਵੀ ਇਹਨਾਂ ਦੇ ਕੰਮਾਂ ਦੇ ਵਿੱਚੋਂ ਨਹੀਂ ਨਿਕਲਿਆ ਸਿੱਧੂ ਨੇ ਵੀ ਕਿਹਾ ਕਿ ਸਾਡੀ ਕਾਂਗਰਸ ਦੀ ਸਰਕਾਰ ਦੇ ਵਿੱਚ 3700 ਰੁਪਏ ਨੂੰ ਰੇਤੇ ਦੀ ਟਰਾਲੀ ਮਿਲਦੀ ਸੀ ਤੇ ਹੁਣ 25000 ਰੁਪਏ ਨੂੰ ਟਰਾਲੀ ਹੈ ਜਿਹੜੀ ਉਹ ਵਿਕ ਰਹੀ ਹੈ ਮਾਫੀਆ ਨਾ ਤੋਂ ਖਤਮ ਨਹੀਂ ਹੋਇਆ ਰਿੱਤੇ ਦਾ ਸਾਰਾ ਪੈਸਾ ਕਹਿੰਦੇ ਠੇਕੇਦਾਰਾਂ ਨੂੰ ਜਾ ਰਿਹਾ ਹੈ ਨਵਜੋਤ ਸਿੰਘ ਸਿੱਧੂ ਨੇ ਦਾਵਾ ਕੀਤਾ ਕਿ ਸਰਕਾਰ ਨੇ 1 ਸਾਲ ਵਿੱਚ ਪੰਜਾਬ ਤੇ 25000 ਕਰੋੜ ਦਾ ਕਰਜ਼ਾ ਝਾੜ ਦਿੱਤਾ ਹੈ ਪੀਐਸ ਪੀਐਸਪੀਸੀਐਲ ਨੂੰ 20000 ਕਰੋੜ ਦੇ ਵਿੱਚ ਕਰੋੜ ਦੀ ਕਰਜ਼ਾਈ ਕਰ ਦਿੱਤਾ ਹੈ ਸਿੱਧੂ ਨੇ ਇਹ ਵੀ ਦਾਵਾ ਕੀਤਾ ਕਿ ਸਰਕਾਰ ਨੇ ਇੱਕ ਕੇਵਲ ਮਾਫੀਆ ਨੂੰ ਅੰਮ੍ਰਿਤਸਰ ਦੇ ਵਿੱਚ 5 ਏਕੜ ਜ਼ਮੀਨ ਕਾਡੀਆਂ ਦੇ ਭਾਅ ਵੇਚ ਦਿੱਤੀ ਹੈ ਸ਼ਰਾਬ ਪਾਲਿਸੀ ਤੇ ਵੀ ਬੋਲੇ ਸਿੱਧੂ ਕਹਿੰਦੇ ਠੇਕੇਦਾਰਾਂ ਨੂੰ 25% ਸ਼ਰਾਬ ਦੇ ਰੇਟ ਵਧਾ ਦਿੰਦੇ ਨੇ 560 ਤੁਗਿਆਂ ਦੀ ਬੋਤਲ ਦੇ ਵਿੱਚ ਉਹ ठेकेदार ਨੂੰ 362 ਰੁਪਏ ਮੁਨਾਫੇ ਦੇ ਜਾ ਰਹੇ ਨੇ ਤੇ ਜਿਹੜੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਜਾਇਜ਼ ਕਬਜ਼ਿਆਂ ਤੋਂ ਜ਼ਮੀਨਾਂ ਛਡਵਾਈਆਂ ਨੇ ਉਹਨਾਂ ਤੇ ਵੀ ਸਵਾਲ ਖੜੇ ਕਰਦੇ ਸਿੱਧੂ ਨੇ ਕਿਹਾ ਕਿ ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਤੇ ਸਰਕਾਰ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਇਹਦੇ ਵਿੱਚ ਕਹਿੰਦੇ ਦਾਵਾ ਕੀਤਾ ਗਿਆ ਸੀ ਕਿ ਸਾਬਕਾ ਤਿੰਨ ਮੁੱਖ ਮੰਤਰੀਆਂ ਨੇ 1.5 ਲੱਖ ਕਰੋੜ ਰੁਪਏ ਦੀ ਜ਼ਮੀਨ ਹੜੱਪੀ ਹੋਈ ਹੈ ਕੀ ਭਗਵੰਤ ਮਾਨ ਇਹਨਾਂ ਤੋਂ ਵੀ ਛਡਵਾਉਣਗੇ ਜਾਂ ਸਿਰਫ ਆਮ ਲੋਕਾਂ ਤੇ ਹੀ ਕਾਰਵਾਈ ਕਰਨਗੇ ਸੋ ਜਿਹੇ ਤਿੱਖੇ ਸਵਾਲ ਨਵਜੋਤ ਸਿੰਘ ਸਿੱਧੂ ਨੇ ਮంత్రి ਭਗਵੰਤ ਮਾਨ ਨੂੰ ਸਿੱਧੇ ਤੌਰ ਤੇ ਕੀਤੇ ਨੇ ਜਦੋਂ ਕਾਂਗਰਸ ਦੀ ਸਰਕਾਰ ਸੀ ਹਜ਼ੂਰੇ ਵਾਲਾ 3 ਸੈਂਕੜੇ ਰੇਤਾ 3700 ਨੂੰ ਮਿਲਦਾ ਸੀ 25 25000 ਦੀ ਟਰਾਲੀ ਵਿਕੀ ਪਹਿਲੇ ਸਾਲ ਚ 3700 ਤੋਂ 25000 ਜਾਓ ਪੁੱਛ ਲਓ ਸੰਧੂ ਸਾਹਿਬ ਨੇ ਘਰ ਨਵਾਂ ਬਣਾ ਰਹੇ ਮਜਬੂਰੀ ਚ 25000 ਨੂੰ ਤੇ ਅੱਜ ਹਰ ਰੋਜ਼ ਝੰਡੀਆਂ ਦਿੰਦੇ ਆ ਠੇਕੇਦਾਰੀ ਸਿਸਟਮ ਦੇ ਅੱਗੇ ਦਬਗੇ ਮਹਾਰਾਜ ਤੁਸੀਂ ਠੇਕੇਦਾਰ ਕਹਿੰਦੇ ਸੀ 50 ਕਰੋੜ ਦੇ ਦਿਓ ਤੇ ਅਸੀਂ ਆਪਣਾ ਸਾਰਾ ਕੁਝ ਤੁਹਾਨੂੰ ਦੇ ਦਿੰਨੇ ਆ ਛੱਡ ਦਿੰਨੇ ਆ ਨਹੀਂ ਦਿੱਤੇ ਕਿਉਂ ਕਿਉਂਕਿ ਠੇਕੇਦਾਰ ਅੱਗੇ ਆ ਔਰ ਆਪ ਪਿੱਛੇ ਨੇ ਦੱਸੋ ਕਿੱਥੇ ਜਾਂਦਾ ਇਹ ਜਦੋਂ 25000 ਦੀ ਟਰਾਲੀ ਵਿਕਦੀ ਹੈ ਨਵਜੋਤ ਸਿੰਘ ਸਿੱਧੂ ਨੇ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੀ ਗੱਲ ਕਰਦੇ ਆਂ ਪੰਜਾਬ ਦੇ ਅਮਨ ਕਾਨੂੰਨ ਦੇ ਹਾਲਾਤਾਂ ਨੂੰ ਲੈ ਕੇ ਵੀ ਪੰਜਾਬ ਸਰਕਾਰ ਨੂੰ ਘੇਰਿਆ ਅਤੇ ਰਵਨੀਤ ਬਿੱਟੂ ਬਾਰੇ ਪੁੱਛੇ ਇੱਕ ਸਵਾਲ ਤੇ ਭਾਵੇਂ ਨਵਜੋਤ ਸਿੰਘ ਸਿੱਧੂ ਨੇ ਟਾਲਾ ਵਟਿਆ ਪਰ ਮਜੀਠੀਆ ਬਾਰੇ ਪੁੱਛੇ ਸਵਾਲ ਤੇ ਬੋਲੇ ਕਹਿੰਦੇ ਇਸ ਵਕਤ ਨਾ ਮੈਂ ਸੱਤਾ ਵਿੱਚ ਆਂ ਨਾ ਹੀ ਮਜੀਠੀਆ ਹੈ ਜਿਸ ਦੀ ਸਰਕਾਰ ਹੈ ਉਸ ਨੂੰ ਜਾ ਕੇ ਸਵਾਲ ਪੁੱਛੋ ਚੰਨੀ ਪਿਛਲੇ ਦਿਨੀ ਰੋਪੇ ਸਨ ਜਦੋਂ 14 ਅਪ੍ਰੈਲ ਨੂੰ ਵਿਜੀਲੈਂਸ ਦੇ ਮੂਹਰੇ ਪੇਸ਼ ਹੋਏ ਸਨ ਉਸ ਤੇ ਸਿੱਧੂ ਨੇ ਕਿਹਾ ਕਿ ਕਿਸੇ ਵੀ ਪਾਰਟੀ ਦੇ ਬੰਦੇ ਨਾਲ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਬੰਦਾ ਇਮੋਸ਼ਨਲ ਹੋ ਹੀ ਜਾਂਦਾ ਹੈ ਕੋਈ ਬੁਰਾਈ ਨਹੀਂ ਐ ਮੈਂ ਸਾਰੀ ਪਾਰਟੀ ਦੇ ਨਾਲ ਖੜਾ ਕਿਸੇ ਦੇ ਨਾਲ ਕੋਈ ਗਿਲਾ ਨਹੀਂ ਹੈ ਯਾਨੀ ਕਿ ਸਿੱਧੂ ਨੇ ਚੰਨੀ ਦੇ ਨਾਲ ਇੱਕ ਜੁਟਤਾ ਦਿਖਾਈ ਹੈ ਜਦੋਂ ਤੁਸੀਂ ਇਹ ਬਿਜਲੀ ਫਰੀ ਕੀਤੀ ਤੁਸੀਂ ਪੰਜਾਬ ਨੂੰ ਦੱਸਿਆ ਸੀ ਕਿ ਪੀਐਸਪੀਸੀਐਲ ਨੂੰ ਗਿਰਵੀ ਰੱਖ ਕੇ ਦੇਵੋਗੇ 20000 ਕਰੋੜ ਰੁਪਇਆ ਕਰਜ਼ਾ ਬੈਂਕਾਂ ਦਾ ਪੀਐਸਪੀਸੀਐਲ ਤੇ ਤੇ ਕੇਜਰੀਵਾਲ ਸਾਹਿਬ ਨੇ ਇਸ ਵੀਡੀਓ 'ਚ ਕਿਹਾ ਕਿ 10000 ਕਰੋੜ ਰੁਪਇਆ ਲੱਗੇਗਾ ਮਹਿਲਾਵਾਂ ਨੂੰ 1000 ਰੁਪਏ ਦੇਣੇ ਮੈਂ ਔਰ 25000 ਕਰੋੜ ਰੁਪਏ ਲੱਗੇਗਾ ਬਿਜਲੀ ਫਰੀ ਦੇਣੇ ਮੈਂ ਤੇ 2300 ਕਰੋੜ ਰੁਪਇਆ ਪੀਐਸਪੀਸੀਐਲ ਨੇ ਕਰ ਦਿਆ ਚੁੱਕਿਆ ਕਿ ਨਹੀਂ ਚੁੱਕਿਆ ਉਦੋਂ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਕਾਲੇਦਾਲ ਦੇ ਪ੍ਰਧਾਨ ਵੀ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨਾ ਕੱਸ ਰਹੇ ਨੇ ਕਹਿੰਦੇ ਸਾਡੇ ਮੁੱਖ ਮੰਤਰੀ ਮਾਨ ਬਾਰੇ ਸਾਰੀ ਜਨਤਾ ਜਾਣਦੀ ਹੈ ਮੈਨੂੰ ਕੁਝ ਦੱਸਣ ਦੀ ਲੋੜ ਨਹੀਂ ਹੈ ਗੋਲਦੀ ਕੰਬੋਜ ਜਿਹੜੇ ਕਿ ਜਲਾਲਾਬਾਦ ਤੋਂ ਇਹਨਾਂ ਦੇ ਵਿਰੋਧੀ ਉਮੀਦਵਾਰ ਸਨ ਸੁਖਬੀਰ ਬਾਦਲ ਨੂੰ ਹਰਾਗੇ ਸਨ ਐਮਐਲਏ ਚੋਣਾਂ ਦੇ ਵਿੱਚ ਤੇ ਗੋਲਦੀ ਕੰਬੋਜ ਦੇ ਗ੍ਰਿਫਤਾਰ ਕੀਤੇ ਪਿਤਾ ਬਾਰੇ ਬੋਲਦਿਆਂ ਸੁਖਬੀਰ ਨੇ ਕਿਹਾ ਕਿ ਗੋਲਦੀ ਕੰਬੋਜ ਤੇ ਉਹਦੇ ਪਿਤਾ ਨੂੰ ਚੰਡੀਗੜ੍ਹ ਪੁਲਿਸ ਨੇ ਪਹਿਲਾਂ ਵੀ ਗ੍ਰਿਫਤਾਰ ਕੀਤਾ ਸੀ ਜਿਹੜਾ ਬੰਦਾ ਕਹਿੰਦੇ ਮੌਕਾ ਲੱਗਣ ਤੇ ਆਪਣੇ ਪਿਤਾ ਨੂੰ ਬ ਤਦ ਉਸ ਤੋਂ ਉਮੀਦ ਕੀ ਕੀਤੀ ਜਾ ਸਕਦੀ ਹੈ ਮੈਂ ਪਹਿਲੇ ਵੀ ਦੱਸਿਆ ਸੀ ਕਿ ਗੋਲਡੀ ਕਬੋਜ ਹੈ ਤੇ ਉਹਦੇ ਪਿਤਾ ਪਹਿਲੇ ਵੀ ਪੰਜਾਬ ਚੰਡੀਗੜ੍ਹ ਪੁਲਿਸ ਨੇ ਉਹਨਾਂ ਨੂੰ ਫਲੈਸ਼ ਸਟ੍ਰੇਟ ਪ੍ਰੋਸਟੀਚਨ ਰੈਕਟ ਵਿੱਚ ਉਹਨਾਂ ਨੂੰ ਅਰੈਸਟ ਕੀਤਾ ਸੀ ਆ ਟ੍ਰਿਬਿਊਨ ਦੀ ਫੋਟੋ ਹੈ ਜਿੱਥੇ ਉਹਨਾਂ ਨੂੰ ਪਹਿਲੇ ਕੀਤਾ ਗਿਆ ਸੀ ਹੁਣ ਕੀ ਕੀਤਾ ਹੁਣ ਆ ਪ੍ਰੀ ਪਲਾਨਡ ਇੱਕ ਗੈਂਗ ਰਨ ਕਰਦੇ ਆ ਜਿੱਥੇ ਲੋਕਾਂ ਨੂੰ ਫਸਾ ਲੈਂਦੇ ਆ ਫਿਰ ਲੜਕੀਆਂ ਤੋਂ ਕੋਹ ਹੰਦੇ ਕੇ ਨਾਲ ਰੇਪ ਕੀਤਾ ਆਈ ਹੋਇਆ ਇੱਕ ਪ੍ਰਾਪਰਟੀ ਡੀਲਰ ਨੂੰ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਘਰ ਵੇਚਣਾ ਤੁਸੀਂ ਆ ਕੇ ਦੇਖੋ ਜਦੋਂ ਪ੍ਰਾਪਰਟੀ ਡੀਲਰ ਗਿਆ ਉੱਥੇ ਦੇਖਿਆ ਤੇ ਵਾਪਸ ਆਇਆ ਤੇ ਲੜਕੀ ਤੋਂ ਟੈਲੀਫੋਨ ਕਰਾ ਲਿਆ ਕਿ ਸਾਨੂੰ ਰੇਪ ਕੀਤਾ ਨਹੀਂ ਤਾਂ 10 ਲੱਖ ਰੁਪਏ ਦਿਓ ਆ ਸਾਰੀ ਗੈਂਗ ਹੈ ਕਈ ਲੋਕ ਜਲਾਲਾਬਾਦ ਦੇ ਮੇਰੇ ਕੋਲ ਆਇਆ ਜਿਨ੍ਹਾਂ ਨੂੰ ਇਹਨਾਂ ਨੇ ਐਕਸਟਰੈਕਸ਼ਨ ਲੈ ਲਈ ਹੈ ਐਜੇ ਲੋਕ ਜੇ ਆਮ ਆਦੀ ਪਾਰਟੀ ਦੇ ਵਿਧਾਇਕ ਜਿਨ੍ਹਾਂ ਦਾ ਬੈਕਗ੍ਰਾਉਂਡ ਐਜਾ ਹੈ ਤੇ ਫਿਰ ਆਮ ਆਦੀ ਪਾਰਟੀ ਬਾਰੇ ਸਾਰਿਆਂ ਨੂੰ ਪਤਾ ਹੀ ਹੈ ਕੀ ਹੈ ਸੁਭੀਰ ਬਾਦਲ ਨੇ ਵੀ ਕਿਰਨਦੀਪ ਕੌਰ ਦੇ ਖਿਲਾਫ ਕਾਰਵਾਈ ਦੀ ਨਿਖੇਧੀ ਕਰਦਿਆਂ ਕਿਹਾ ਕਿ ਜੇ ਲੜਨਾ ਹੈ ਤਾਂ ਮਰਦ ਵਾਂਗ ਲੜੋ ਔਰਤਾਂ ਨੂੰ ਤੰਗ ਨਾ ਕਰੋ ਚੰਨੀ ਤੇ ਬਰੇ ਨੇ ਸੁਭੀਰ ਬਾਦਲ ਕਹਿੰਦੇ ਚੰਨੀ ਤਾਂ ਸਭ ਤੋਂ ਪ੍ਰਿਸ਼ਟ ਮੰਤਰੀ ਸੀ ਤਿੰਨ ਮਹੀਨੇ ਦੇ ਅੰਦਰ ਅੰਦਰ ਚੰਨੀ ਸਭ ਕੁਝ ਲੁੱਟ ਕੇ ਲੈ ਗਿਆ ਈ ਡੀ ਵਿਜੀਲੈਂਸ ਨੇ ਵੀ ਉਹਦੇ ਘਰੋਂ ਕਰੋੜਾਂ ਰੁਪਏ ਫੜੇ ਨੇ ਤੇ ਹੁਣ ਇਸ ਲਈ ਰੋਂਦਾ ਕਿਉਂਕਿ ਉਹਨੂੰ ਡਰ ਪੈ ਗਿਆ ਕਿ ਹੁਣ ਉਹਨੂੰ ਅੰਦਰ ਜਾਣਾ ਹੀ ਪੈਣਾ ਹੈ ਸੁਭੀਰ ਬਾਦਲ ਨੇ ਮੰਗ ਕੀਤੀ ਕਿ ਭ੍ਰਿਸ਼ਟ ਬੰਦੇ ਨੂੰ ਤੁਰੰਤ ਅੰਦਰ ਕਰਨਾ ਚਾਹੀਦਾ ਹੈ ਮੈਂ ਕਲੀਅਰ ਕਰਨਾ ਚਾਹੁੰਦਾ ਸ਼੍ਰੋਮਣੀ ਕਾਲੀਦਲ ਇਸ ਪੁਆਇੰਟ ਤੇ ਬੜਾ ਕਲੀਅਰ ਹੈ ਜੇ ਕਿਸੇ ਨੇ ਕੋਈ ਕਾਨੂੰਨ ਤੋੜਿਆ ਤੁਸੀਂ ਉਹਦੇ ਤੇ ਐਕਸ਼ਨ ਲਓ ਐ ਨਹੀਂ ਹੈ ਕਿ ਉਹਨਾਂ ਦੀ ਪਤਨੀ ਤੇ ਘਰ ਵਾਲਿਆਂ ਤੇ ਉਹਨਾਂ ਦੀ ਮਾਤਾ ਤੇ ਤੁਸੀਂ ਐਕਸ਼ਨ ਲੈਣ ਲੱਗ ਜਾਓ ਉਹ ਜਿਹੜੀ ਉਹ ਪਤਨੀ ਹੈ ਉਹ ਬ੍ਰਿਟਿਸ਼ ਸਿਟੀਜ਼ਨ ਹੈ ਹੁਣੀ ਵਿਆਹ ਹੋਇਆ ਹੈ ਤੇ ਉਹਨਾਂ ਨੂੰ ਨਾ ਕੁਝ ਉਹਨਾਂ ਨੂੰ ਉਹਨੂੰ ਤਾਂ ਪਤਾ ਨਹੀਂ ਹੋਣਾ ਕੁਝ ਵੀ ਨਹੀਂ ਹੋਣਾ ਕਿ ਨਵਾਂ ਨਵਾਂ ਵਿਆਹ ਹੋਇਆ 15 ਦਿਨ ਤੋਂ ਬਿਲਕੁਲ ਵਿਆਹ ਹੀ ਹੋਇਨੂ ਨਹੀਂ ਹੋਇਆ ਨੇ ਤੇ ਤੁਸੀਂ ਉਹਨੂੰ ਤੰਗ ਕਰੋ ਆ ਆ ਮਰਦਾਂ ਦਾ ਕੰਮ ਨਹੀਂ ਜੇ ਲੜਨਾ ਤੇ ਮਰਦਾਂ ਵਾਂਗੂ ਲੜ ਮਰਦ ਮਰਦ ਲੜ ਐ ਨਹੀਂ ਹੈ ਕਿ ਲੇਡੀਜ਼ ਨੂੰ ਤੁਸੀਂ ਤੰਗ ਕਰੋ ਤੇ ਅਸੀਂ ਸੋਮਨੀ ਕਾਲੀ ਦਲ ਨੇ ਕੱਲ ਵੀ ਕੰਡੈਮ ਕੀਤਾ ਹੈ ਕੀ ਇਹ ਇਹਦਾ ਕੰਮ ਨਹੀਂ ਕਰਨਾ ਚਾਹੀਦਾ ਪੰਜਾਬ ਕਣਕ ਦੇ ਉਤਪਾਦਨ ਵਾਲੇ ਭਾਰਤ ਦੇ ਸਾਰੇ 5 ਸੂਬਿਆਂ ਪੰਜਾਬ ਹਰਿਆਣਾ ਯੂਪੀ ਰਾਜਸਥਾਨ ਤੇ ਮਧ ਪ੍ਰਦੇਸ਼ ਦੇ ਵਿੱਚ ਵਧੀਆ ਝਾੜ ਨਿਕਲਿਆ ਹੈ ਦਾਵਾ ਭਾਰਤੀ ਖੇਤੀਬਾੜੀ ਖੋਜ ਪ੍ਰਸ਼ਾਸਨ ਯਾਨੀ ਕਿ ਆਈਸੀਆਰ ਨੇ ਕੀਤਾ ਹੈ ਅੰਦਾਜ਼ਾ ਲਾਇਆ ਸੀ ਕਿ ਦੇਸ਼ ਦੇ ਵਿੱਚ ਉਤਪਾਦਨਿਕ 12 ਮਿਲੀਅਨ ਟਨ ਹੋਏਗਾ ਪਰ ਕਹਿੰਦੇ ਕਣਕ ਦੇ ਉਤਪਾਦਨ ਦੇ ਹਿਸਾਬ ਨਾਲ ਜਾਪਦਾ ਹੈ ਕਿ ਅੰਕੜਾ ਇਸ ਤੋਂ ਵੀ ਪਾਰ ਜਾਵੇਗਾ ਆਈਸੀਆਰ ਦੇ ਡਾਇਰੈਕਟਰ ਗਿਆਨੇਂਦਰ ਸਿੰਘ ਨੇ ਕਿਹਾ ਹੈ ਕਿ ਜਦੋਂ ਮੌਸਮ ਦੀ ਫਸਲ ਤੇ ਮਾਰ ਪਈ ਸੀ ਤਾਂ ਚਿੰਤਾ ਸੀ ਕਿ ਕਣਕ ਦਾ ਝਾੜ ਘਟੂਗਾ ਪਰ ਹੁਣ ਚਿੰਤਾ ਦੂਰ ਹੋ ਗਈ ਹੈ ਕਿਉਂਕਿ ਡਿੱ ਚੰਗਾ ਹੋਇਆ ਖੜੀ ਫਸਲ ਦਾ ਉਤਪਾਦਨ ਤੇ ਗੁਣਵੱਤਾ ਵੀ ਵਧੀਆ ਦਿਖ ਰਹੀ ਹੈ ਮਾੜੇ ਮੌਸਮ ਦੇ ਵਿੱਚ ਵੀ ਕਿਸਾਨਾਂ ਨੇ ਪ੍ਰਤੀ ਏਕੜ 30 ਕੁਇੰਟਲ ਤੱਕ ਦਾ ਝਾੜ ਕਹਿੰਦੇ ਹਾਸਲ ਕੀਤਾ ਹੈ ਕਹਿੰਦੇ ਕਣਕ ਦੀਆਂ ਨਵੀਆਂ ਕਿਸਮਾਂ ਨੇ ਇਹ ਸਾਬਿਤ ਕਰ ਦਿੱਤਾ ਕਿ ਮਾੜੇ ਮੌਸਮ ਦੇ ਵਿੱਚ ਵੀ ਉਹ ਕਿਵੇਂ ਬਚ ਸਕਦੀਆਂ ਨੇ ਤੇ ਉਤਪਾਦਨ ਕਿੰਨਾ ਹੋ ਸਕਦਾ ਹੈ ਆਈਸੀਆਰ ਦੀਆਂ ਉਮੀਦਾਂ ਤੋਂ ਵੱਧ ਨਤੀਜੇ ਦੇਣ ਵਾਲੀਆਂ ਕਿਸਮਾਂ ਦੇ ਵਿੱਚ ਡੀਬੀਡਬਲਯੂ 327 332 370 ਤੇ 372 ਸ਼ਾਮਿਲ ਹੈ ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਉਤਪਾਦਨ ਦੀ ਜਿਹੜੀ ਅਸਲ ਸਥਿਤੀ ਹੈ ਉਹਦੇ ਬਾਰੇ ਤਾਂ ਸਾਨੂੰ 4-5 ਦਿਨ ਦੀ ਉਡੀਕ ਕਰਨੀ ਪਊਗੀ ਕਿਉਂਕਿ ਕੁਝ ਸੂਬਿਆਂ ਦੇ ਵਿੱਚ ਕਣਕ ਦੀ ਵਾਢੀ ਹਲੇ ਵੀ ਚੱਲ ਰਹੀ ਹੈ ਕਣਖ ਹਲੇ ਮੰਡੀਆਂ ਦੇ ਵਿੱਚ ਪੂਰੀ ਨਹੀਂ ਪਹੁੰਚੀ ਹੈ ਇਸ ਕਰਕੇ ਅੰਕੜੇ ਸਪਸ਼ਟ ਨਹੀਂ ਕਹੇ ਜਾ ਸਕਦੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਾਲੇ ਵੀ ਹਸਪਤਾਲ ਦੇ ਵਿੱਚ ਦਾਖਲ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਨਿਤਵਾਰ ਨੂੰ ਸ਼੍ਰੋਮਣੀ ਕਾਲੇਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਫੋਨ ਕਰਕੇ ਉਹਨਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਦਾ ਹਾਲਚਾਲ ਪੁੱਛਿਆ ਕਾਲੇਦਲ ਦੇ ਸਰਪ੍ਰਸਤ ਤੇ ਪੰਜਾਬ ਦੇ ਪੰਜਵਾਰੀ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੂੰ ਸਾਹ ਲੈਣ ਦੇ ਵਿੱਚ ਤਕਲੀਫ ਦੀ ਸ਼ਿਕਾਇਤ ਤੋਂ ਬਾਅਦ ਹਫ਼ਤਾ ਪਹਿਲਾ ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਸੁਵੀਰ ਬਾਦਲ ਨੇ ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਬਾਰੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਵੀ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਉਹ ਠੀਕ ਹਨ ਡਾਕਟਰਾਂ ਦੀ ਨਿਗਰਾਨੀ ਹੇਠ ਹਨ ਅਰਨਾਚਲ ਪ੍ਰਦੇਸ਼ ਦੇ ਮੇਚੂਕਾ ਇਲਾਕੇ ਦੇ ਵਿੱਚ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਸਾਹਿਬ ਨਾਲ ਸੰਬੰਧਿਤ ਇਤਿਹਾਸਿਕ ਸਥਾਨ ਨੂੰ ਬੋਧੀ ਸਥਾਨ ਦੇ ਵਿੱਚ ਤਬਦੀਲ ਕੀਤੇ ਜਾਂਦਾ ਹੈ ਜੀਪੀਸੀ ਨੇ ਸਖਤ ਨੋਟਿਸ ਲਿਆ ਹੈ ਮੇਚੂਕਾ ਵਿੱਚ ਸ਼੍ਰੀ ਗੁਰੂ ਨਾਨਕ ਸਾਹਿਬ ਦੀ ਯਾਦ ਵਿੱਚ ਗੁਰਦੁਆਰਾ ਗੁਰੂ ਨਾਨਕ ਤਪੋ ਅਸਥਾਨ ਸੁਭਾਏਮਾਨ ਜਿਸ ਨੂੰ ਹਾਲ ਹੀ ਵਿੱਚ ਬੁੱਧ ਧਰਮ ਦੇ ਸਥਾਨ ਦੇ ਰੂਪ ਚ ਬਦਲ ਦਿੱਤਾ ਗਿਆ ਹੈ ਵੱਡੀ ਘਟਨਾ ਵਾਪਰੀ ਹੈ ਲੰਘੇ 8 April ਨੂੰ yeah ਪੇਮਾ ਖਾਂਡੂ ਨੇ ਸੋਸ਼ਲ ਮੀਡੀਆ ਤੇ ਆਪਣੇ ਦੌਰੇ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ ਜਿਸ ਤੋਂ ਸਾਫ਼ ਨਜ਼ਰ ਆ ਰਿਹਾ ਹੈ ਕਿ ਹੁਣ ਇਸ ਸਿੱਖ ਸਥਾਨ ਨੂੰ ਬੋਧੀ ਸਥਾਨ ਦੇ ਵਿੱਚ ਬਦਲਿਆ ਜਾ ਚੁੱਕਿਆ ਹੈ ਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਰਕਾਰਤ ਨੂੰ ਸਿੱਖਾਂ ਤੇ ਹਮਲਾ ਕਰਾਦਿੰਦੇ ਕਿਹਾ ਹੈ ਕਿ ਕਿਸੇ ਵੀ ਧਰਮ ਸਥਾਨ ਨੂੰ ਹੋਰ ਧਰਮ ਦੇ ਕੇਂਦਰ ਵਿੱਚ ਤਬਦੀਲ ਕਰਨਾ ਸੰਵਿਧਾਨ ਦੀ ਧਾਰਾ 25 ਦੀ ਸਿੱਧੀ ਉਲੰਘਣਾ ਹੈ ਐਡਵੋਕੇਟ ਧਾਮੀ ਨੇ ਕਿਹਾ ਕਿ ਮਾਮਲਾ ਬੇहद ਸੰਜੀਦਾ ਹੈ ਭਾਰਤ ਦੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਤੇ ਕੌਮੀ ਘਟਨਾਕ੍ਰंति ਕਮਿਸ਼ਨ ਦੇ ਤੁਰੰਤ ਦਖਲ ਦੀ ਐਸਜੀਪੀਸੀ ਪ੍ਰਧ ਹਾਂ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ਿਕਾਵਤ ਨੇ ਕਿਹਾ ਕਿ ਸਿੰਧੂ ਨਦੀ ਜਲ ਸੰਧੀ ਦੁਨੀਆ ਦੇ ਸਭ ਤੋਂ ਪਵਿੱਤਰ ਸਮਝੌਤਿਆਂ ਵਿੱਚੋਂ ਇੱਕ ਹੈ ਪਰ ਪਾਕਿਸਤਾਨ ਦੇ ਵੱਲੋਂ ਬੇਬੁਨਿਆਦ ਤੇ ਤੱਥਹੀਣ ਗੱਲਾਂ ਕਰਕੇ ਇਸ ਦੇ ਪ੍ਰੋਜੈਕਟਾਂ ਦੇ ਵਿੱਚ ਵਿਗੜਨ ਪਾਇਆ ਜਾ ਰਿਹਾ ਹੈ ਜਦਕਿ ਪਾਕਿਸਤਾਨ ਵੱਲੋਂ ਸਿੱਧੀਆਂ ਤਿੰਨ ਜੰਗਾਂ ਥੋਪਣ ਦੇ ਬਾਵਜੂਦ ਭਾਰਤ ਨੇ ਹਮੇਸ਼ਾ ਇਸ ਸੰਧੀ ਦਾ ਸਨਮਾਨ ਕੀਤਾ ਹੈ ਰਾਸਵਾ ਮੈਂਬਰ ਤੇ ਵਿਸ਼ਵ ਪੰਜਾਬੀ ਸੰਸਾ ਦੇ ਕੌਮਾਂਤਰੀ ਪ੍ਰਧਾਨ ਵਿਕਰਮਜੀਤ ਸਿੰਘ ਸਾਨੀ ਨੇ ਦੱਸਿਆ ਕਿ ਦਸਤਾਰਤਾਰੀ ਅਤੇ ਸਿੱਖ ਸੁਪਰਮੈਨ ਫੌਜਾ ਸਿੰਘ ਜਿਨ੍ਹਾਂ ਦੀ ਉਮਰ ਇਸ ਵਕਤ 112 ਸਾਲ ਹੈ ਉਹ ਐਤਵਾਰ ਨੂੰ 23 ਅਪ੍ਰੈਲ ਨੂੰ ਸਵੇਰੇ 7:00 ਵਜੇ ਤੋਂ ਲੈ ਕੇ 9:00 ਵਜੇ ਤੱਕ ਦਿੱਲੀ ਦੇ ਵਿੱਚ 5 ਕਿਲੋਮੀਟਰ ਦੀ ਵਿਸਾਖੀ ਮੈਰਾਥਨ ਦੀ ਅਗਵਾਈ ਕਰਨਗੇ ਸਾਬਜ਼ਾਦਾਜੀਤ ਸਿੰਘ ਨਗਰ ਮੁਹਾਲੀ ਦੇ ਵਿੱਚ ਹੋਈ ਆਈਪੀਐਲ ਮੈਚ ਵਿੱਚ ਸਟਾਰ ਕ੍ਰਿਕਟ ਖਿਡਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਸਨ ਲੱਗੀ ਹੈ ਜਿਸ ਹੋਟਲ ਦੇ ਵਿੱਚ ਰਾਇਲ ਚੈਲੈਂਜਰਜ਼ ਬੰਗਲੌਰੂ ਕ੍ਰਿਕਟ ਟੀਮ ਦੇ ਖਿਡਾਰੀ ਵਿਰਾਟ ਕੋਹਲੀ ਸਮੇਤ ਹੋਰ ਖਿਡਾਰੀ ਰੁ ਤੇ ਹੀ ਤਿੰਨ ਹਿਸਟਰੀ ਸ਼ੀਟਰਾਂ ਨੇ ਵੀ ਕਹਿੰਦੇ ਕਮਰਾ ਬੁੱਕ ਕਰਵਾਇਆ ਸੀ ਤੇ ਹੁਣ ਇਹਨਾਂ ਤਿੰਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਮੁਲਜ਼ਮ ਇਥੇ ਸੱਟਾ ਖੇਡਣ ਲਈ ਪਹੁੰਚੇ ਸਨ ਗ੍ਰਿਫਤਾਰ ਮੁਲਜ਼ਮਾਂ ਦੇ ਵਿੱਚ ਇੱਕ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਵਿੱਚ ਸ਼ਾਮਲ ਦੀਪਕ ਟੀਨੂ ਦਾ ਨਜ਼ਦੀਕੀ ਵੀ ਦੱਸਿਆ ਜਾ ਰਿਹਾ ਹੈ 20 ਅਪ੍ਰੈਲ ਨੂੰ ਜਿਹੜਾ ਮੋਹਾਲੀ ਦੇ ਵਿੱਚ ক্রিকেট ਸਟੇਡੀਅਮ ਹੈ ਉਸ ਦੇ ਵਿੱਚ ਪੰਜਾਬ ਕਿੰਗਸ 11 ਅਤੇ ਰਾਇਲ ਚੈਲੈਂਜਰਸ ਬੰਗਲੌਰ ਦੇ ਵਿੱਚਕਾਰ ਮੁਕਾਬਲਾ ਹੋਇਆ ਸੀ ਇਹਦੇ ਵਿੱਚ ਵਿਰਾਟ ਕੋਹਲੀ ਦੀ ਕਪਤਾਨੀ ਵਿੱਚ ਟੀਮ ਨੇ ਜਿੱਤ ਹਾਸਲ ਕੀਤੀ ਸੀ ਇਸ ਮੈਚ ਤੋਂ ਬਾਅਦ ਆਰਸੀਬ ਦੀ ਟੀਮ ਆਈਟੀ ਪ ਦੇ ਵਿੱਚ ਰੁਕੀ ਸੀ ਹੋਟਲ ਵਿੱਚ ਰੁਕਣ ਵਾਲਿਆਂ ਚਪਾਤੀ ਟੀਮ ਦੇ 스타 క్రికెਟਰ ਵਿਰਾਟ ਕੋਹਲੀ ਸਮੇਤ ਹੋਰ ਵੀ ਨਾਮੇ ਖਿਡਾਰੀ ਸ਼ਾਮਿਲ ਸਨ ਚੰਡੀਗੜ੍ਹ ਪੁਲਿਸ ਨੂੰ ਇਸ ਹੋਟਲ ਦੇ ਵਿੱਚ ਤਿੰਨ ਸੱਟੇਬਾਜ਼ਾਂ ਵੱਲੋਂ ਕਮਰਾ ਬੁੱਕ ਕਰਵਾਉਣ ਲਈ ਇਤਲਾ ਮਿਲੀ ਸੀ ਜਿਸ ਤੋਂ ਬਾਅਦ ਇੰਸਪੈਕਟਰ ਰੋਹਤਾਸ਼ ਯਾਦਵ ਨੇ ਰਾਤ ਨੂੰ 10:30 ਵਜੇ ਪੁਲਿਸ ਟੀਮ ਦੇ ਨਾਲ ਹੋਟਲ ਦੇ ਵਿੱਚ ਛਾਪੇਮਾਰੀ ਕੀਤੀ ਤੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਪੰਜਾਬ ਦੇ ਵਿੱਚ ਜਲੰਧਰ ਪਠਾਨਕੋਟ ਮਾਰਗ ਤੇ ਨਿੱਜੀ ਬੱਸ ਦੇ ਰੁਖ ਨਾਲ ਕਰੌਣ ਕਾਰਨ 13 ਯਾਤਰੀ ਜ਼ਖਮੀ ਹੋ ਗਏ ਵਸ ਦਿੱਲੀ ਤੋਂ ਜੰਮੂ ਕਸ਼ਮੀਰ ਦੇ ਕਟੜਾ ਜਾ ਰਹੀ ਸੀ ਇਹਦੇ ਵਿੱਚ 50 ਸਵਾਰੀਆਂ ਬੈਠੀਆਂ ਹੋਈਆਂ ਸਨ ਬੁਲੇਟਿਨ ਦੇ ਵਿੱਚ ਕੁਝ ਖਾਸ ਤੇ ਵੱਡੀਆਂ ਖਬਰਾਂ ਪੂਰੇ ਭਾਰਤ ਤੇ ਪੂਰੀ ਦੁਨੀਆ ਤੋਂ ਮਹਿੰਗਾਈ ਨੇ ਹੁਣ ਬਿਹਾਰ ਦੇ ਲੋਕਾਂ ਤੇ ਹੋਰ ਬੋਝ ਵਧਾ ਦਿੱਤਾ ਹੈ ਬਿਹਾਰ ਦੇ ਵਿੱਚ ਸੁਧਾ ਦੁੱਧ ਅਤੇ ਡੇਰੀ ਉਤਪਾਦਾਂ ਦਾ ਨਿਰਮਾਣ ਤੇ ਵਿਕਰੀ ਕਰਨ ਵਾਲੀ ਸੰਸਥਾ ਬਿਹਾਰ ਸਟੇਟ ਮਿਲਕ ਕੋਆਪਰੇਟਿਵ ਯੂਨੀਅਨ ਲਿਮਟਿਡ ਨੇ ਹਰ ਤਰ੍ਹਾਂ ਦੇ ਦੁੱਧ ਦੀਆਂ ਕੀਮਤਾਂ ਵਧਾ ਦਿੱਤੀਆਂ ਨੇ 24 ਅਪ੍ਰੈਲ ਤੋਂ ਇਹ ਕੀਮਤਾਂ ਲਾਗੂ ਹੋ ਜਾਣਗੀਆਂ ਯਾਨੀ ਕਿ ਆਉਂਦੇ ਸੋਮਵਾਰ ਤੋਂ ਦੁੱਧ ਦੇ ਭਾਅ ਵਿੱਚ 2 ਤੋਂ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਣਦੇ ਸੋਮਵਾਰ ਤੇ ਮੰਗਲਵਾਰ ਯਾਨਕਿ 24 ਤੇ 25 ਅਪ੍ਰੈਲ ਨੂੰ ਦੋ ਦਿਨਾਂ ਦੇ ਵਿੱਚ ਦੇਸ਼ ਦੇ ਵਿੱਚ 53 ਕਿਲੋਮੀਟਰ ਦੀ ਯਾਤਰਾ ਕਰਨਗੇ ਮੋਦੀ ਦਿੱਲੀ ਤੋਂ ਮਧ ਪ੍ਰਦੇਸ਼ ਅਤੇ ਦੱਖਣੀ ਭਾਰਤ ਦਾ ਦੌਰਾ ਕਰਨ ਜਾ ਰਹੇ ਨੇ ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਸੱਤ ਵੱਖ-ਵੱਖ ਸ਼ਹਿਰਾਂ ਦੇ ਵਿੱਚ ਅੱਠ ਪ੍ਰੋਗਰਾਮਾਂ 'ਚ ਹਿੱਸਾ ਲੈਣਗੇ ਸਭ ਤੋਂ ਪਹਿਲਾਂ ਐਮਪੀ ਜਾਣਗੇ ਇਸ ਤੋਂ ਬਾਅਦ ਦੱਖਣ ਦੇ ਵਿੱਚ ਕੇਰਲਾ ਜਾਣਗੇ ਫਿਰ ਉਹ ਪੱਛਮ ਦੇ ਵਿੱਚ ਸੰਘ ਸ਼ਾਸਤ ਸਿਲਵਾਸਾ ਦਾ ਦੌਰਾ ਕਰਨਗੇ ਤੇ ਫਿਰ ਦਿੱਲੀ ਪਰਤਣਗੇ ਇਸਰੋ ਦਾ ਪੀਐਸਐਲਵੀਸੀ 55 ਰਾਕਟ ਸ਼ਨੀਚਰਵਾਰ ਨੂੰ ਯਾਨਕੀ ਅੱਜ ਪੁਲਾੜ ਕੇਂਦਰ ਤੋਂ ਦੋ ਉਪਗ੍ਰਹਿ ਲੈ ਕੇ ਸਿੰਗਾਪੁਰ ਰਵਾਨਾ ਹੋਇਆ। ਇਸਰੋ ਨੇ ਜਾਣਕਾਰੀ ਦਿੱਤੀ ਰਾਕਟ ਨੂੰ ਕਿ ਨਿਊਸ ਨਿਊ ਸਪੇਸ ਇੰਡੀਆ ਲਿਮਟਿਡ ਦੇ ਵੱਲੋਂ ਵਪਾਰਕ ਕਮਿਸ਼ਨ ਦੇ ਤਹਿਤ ਲਾਂਚ ਕੀਤਾ ਗਿਆ ਜਿਸ ਵਿੱਚ ਟੈਲਿਓ ਐਸ2 ਨੂੰ ਪ੍ਰਾਇਮਰੀ ਸੈਟੇਲਾਈਟ ਦੇ ਰੂਪ ਚ ਤੇ ਲਿਉਮ ਲਾਈਟ 4 ਨੂੰ ਸੈਕ ਉਪਗ੍ਰਹਿ ਵਜੋਂ ਲਿਆਂਦਾ ਗਿਆ। ਦੋਵੇਂ ਉਪਗ੍ਰਹਿ ਧਰਤੀ ਦੇ ਹੇਠਲੇ ਪੰਧ ਵਿੱਚ ਸਥਾਪਿਤ ਕੀਤੇ ਗਏ ਨੇ। ਮੱਧ ਪ੍ਰਦੇਸ਼ ਦੇ ਬਾਲਾਘੜ ਜ਼ਿਲ੍ਹੇ ਦੇ ਵਿੱਚ ਅੱਜ ਸੁਰੱਖਿਆ ਬਲਾਂ ਦੇ ਨਾਲ ਮੁਕਾਬਲੇ ਵਿਚ ਦੋ ਮੈਲਾ ਨਕਸਲੀਆਂ ਨੂੰ ਮਾਰ ਦਿੱਤਾ ਗਿਆ ਹੈ ਇਹਨਾਂ ਦੇ ਸਿਰ ਤੇ 38 ਲੱਖ ਮਾਫ ਕਰਨਾ 28 ਲੱਖ ਰੁਪਏ ਦਾ ਇਨਾਮ ਸੀ ਲੋਕ ਸਭਾ ਦੀ ਮੈਂਬਰਸ਼ਿਪ ਰੱਦ ਹੋਣ ਤੋਂ ਬਾਅਦ ਰਾਹੁਲ ਗਾਂਧੀ ਨੇ ਆਖਿਰਕਾਰ ਆਪਣਾ ਦਿੱਲੀ ਵਾਲਾ ਸਰਕਾਰੀ ਮਕਾਨ ਖਾਲੀ ਕਰ ਦਿੱਤਾ ਹੈ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਦੇ ਲੋਕਾਂ ਨੇ 19 ਸਾਲਾਂ ਦੇ ਲਈ ਮੈਨੂੰ ਇਹ ਕਰ ਦਿੱਤਾ ਸੀ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਹੈ ਸੱਚ ਬੋਲਣ ਦੀ ਕੀਮਤ ਹੈ ਮੈਂ ਸੱਚ ਬੋਲਣ ਦੇ ਲਈ ਕਹਿੰਦੇ ਹਰ ਕੀਮਤ ਦੇਣ ਲਈ ਤਿਆਰ ਹਾਂ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਮਹਿੰਗਾਈ ਤੇ ਬੇਰੁਜ਼ਗਾਰੀ ਦੇ ਮੁੱਦੇ ਚੁੱਕਦੇ ਰਹਾਂਗਾ ਇਹ ਸਚਾਈ ਹੈ ਤੇ ਕਿਸੇ ਨਾ ਕਿਸੇ ਨੂੰ ਤਾਂ ਇਹ ਬੋਲਣੀ ਪੈਗੀ ਜਿਹੜੀ ਮੈਂ ਬੋਲ ਰਿਹਾ ਹਾਂ ਭਾਰਤੀ ਅਮਰੀਕੀ ਕਾਰੋਬਾਰੀ ਅਜੇ ਬੰਗਾ ਬੇਮਿਸਾਲ ਉਮੀਦਵਾਰ ਨੇ ਤੇ ਬਹੁਤ ਹੀ ਨਾਜ਼ੁਕ ਸਮੇਂ ਦੇ ਵਿੱਚ ਵਿਸ਼ਵ ਬੈਂਕ ਦੀ ਅਗਵਾਈ ਕਰਨ ਦੇ ਲਈ ਤਿਆਰ ਹਨ ਇਹ ਬਿਆਨ ਅਮਰੀਕਾ ਨੇ ਬੰਗਾ ਦੇ ਬਾਰੇ ਜਾਰੀ ਕੀਤਾ ਹੈ ਕਿ ਹੈ ਕਿ ਵਿਸ਼ਵ ਬੈਂਕ ਉਹਨਾਂ ਦੀ ਪ੍ਰਧਾਨ ਵਜੋਂ ਨਿਯੁਕਤੀ ਦਾ ਰਸਮੀ ਐਲਾਨ ਕਰਨ ਦੀ ਯੋਜਨਾ ਬਣਾ ਰਿਹਾ ਹੈ ਦਰਅਸਲ ਵਿਸ਼ਵ ਬੈਂਕ ਦੇ ਨਵੇਂ ਪ੍ਰਧਾਨ ਬਣਨ ਜਾ ਰਹੇ ਅਜੀਪਾਲ ਸਿੰਘ ਬੰਗਾ ਪਹਿਲੇ ਸਿੱਖ ਪ੍ਰਧਾਨ ਹੋਣਗੇ ਵਿਸ਼ਵ ਬੈਂਕ ਦੇ ਅਮਰੀਕਾ ਦੀ ਸੁਪਰੀਮ ਕੋਰਟ ਨੇ ਗਰਪਾਧ ਦੀ ਮਸ਼ਹੂਰ ਦਵਾਈ ਮਾਈਫੇ ਪ੍ਰਿਸਟੋਨ ਨੂੰ ਮੁੜ ਵੇਚਣ ਦੀ ਇਜਾਜ਼ਤ ਦੇ ਦਿੱਤੀ ਹੈ ਨਾਲ ਹੀ ਸਰਕਾਰ ਨੇ ਕਿਹਾ ਹੈ ਕਿ ਸੰਬੰਧੀ ਚੱਲ ਰਹੇ ਕੇਸ ਹਾਲਾਂਕਿ ਜਾਰੀ ਰਹਿਣਗੇ ਕੁਝ ਹਫ਼ਤੇ ਪਹਿਲਾਂ ਟੈਕਸਾਸ ਦੀ ਇੱਕ ਸਥਾਨਕ ਅਦਾਲਤ ਨੇ ਸਾਲ ਪਹਿਲਾਂ ਪ੍ਰਸਿੱਧ ਗਰਪਾਧ ਡਰੱਗ ਮਾਈਫੇ ਪ੍ਰਿਸਟੋਨ ਦੀ ਐਫਡੀ ਦੀ ਪ੍ਰਵਾਨਗੀ ਨੂੰ ਰੋਕ ਦਿੱਤਾ ਸੀ ਪਰ ਸੁਪਰੀਮ ਕੋਰਟ ਨੇ ਇਸ ਦੀ ਮੋੜ ਵਿਕਰੀ ਦੀ ਇਜਾਜ਼ਤ ਦੇ ਦਿੱਤੀ ਹੈ ਐਮਰਜੈਂਸੀ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ ਤੁਸੀਂ ਸਾਰੇ ਆਪਣਾ ਧਿਆਨ ਰੱਖਿਓ ਲੋੜਵੰਦਾਂ ਦੀ ਮਦਦ ਜ਼ਰੂਰ ਕਰਦੇ ਰਿਹਾ ਕਰੋ ਤੇ ਅਫਵਾਹਾਂ ਤੋਂ ਬਚ ਕੇ ਰਿਹਾ ਕਰੋ ਸਵੇਰ ਦੀਆਂ ਖਬਰਾਂ 'ਚ ਫੇਰ ਮਿਲਾਂਗੇ ਧੰਨਵਾਦ